ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਨਿਊਜ਼ਾਂ ਖਦਸ਼ੇ ਬਲਵਲੇ ਬਹੁਤ ਹੁੰਦੇ ਆਪਾਂ ਗੱਲ ਕਰਦੇ ਹਾਂ ਅੱਜ ਅਫਗਾਨਿਸਤਾਨ ਦੀ ਦਰਸ਼ਕੋ 20 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ 15 ਅਗਸਤ 2021 ਨੂੰ ਅਫਗਾਨਿਸਤਾਨ ਅਮਰੀਕਨ ਫੋਰਸਸ ਵੱਲੋਂ ਛੱਡ ਦਿੱਤਾ ਗਿਆ ਉਹਨਾਂ ਨੇ ਤਾਂ ਆਪਦੀ ਜੋ ਕਾਰਵਾਈ ਕਰਨੀ ਸੀ ਕਰਤੀ ਅਤੇ ਇੱਕੋਦਮ ਛੱਡਦਾ ਪਰ ਇਸ ਹੁਣ ਇਸ ਟਾਈਮ ਹਾਲਾਤ ਕੀ ਨੇ ਉਸ ਦੇਸ਼ ਦੇ ਇਕਾਨਮੀ ਬਿਲਕੁਲ ਠੱਪ ਹੈ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਜਿਹੜੇ ਉੱਥੇ ਪਹਿਲਾਂ ਦੇ ਉਸ ਟਾਈਮ ਦੇ ਉਹਨਾਂ ਦੇ ਰਾਸ਼ਟਰਪਤੀ ਸੀ ਅਸ਼ਰਫ ਗਨੀ ਜਿਹੜੇ ਹੈਗੇ ਆ ਉਹ ਵੀ ਉੱਥੋਂ ਛੱਡ ਕੇ ਅਤੇ ਚਲੇ ਗਏ ਹਾਲਾਂਕਿ ਉਹਨਾਂ ਨੇ ਜਦੋਂ ਇਹ ਟੇਕ ਓਵਰ ਕੀਤਾ ਸੀ ਤਾਂ ਉਹਨਾਂ ਨੇ ਆਪ ਇੱਕ ਬੁੱਕ ਲਿਖੀ ਸੀਗੀ ਕਿ ਫਿਕਸਿੰਗ ਦ ਫੇਲਡ ਸਟੇਟ ਕਿ ਮੈਂ ਫਿਕਸ ਕਰੂੰਗਾ ਜਿਹੜੀ ਇਸ ਪੂਰੀ ਸਟੇਟ ਮਤਲਬ ਪੂਰਾ ਅਫਗਾਨਿਸਤਾਨ ਨੂੰ ਮੈਂ ਬੜਾ ਫਿਕਸ ਕਰੂੰਗਾ ਇਹ ਕਰੂੰਗਾ ਉਹ ਕਰੂੰਗਾ ਪਰ ਇੰਨੇ ਲੰਮੇ ਵਕਫੇ ਤੋਂ ਬਾਅਦ ਇੰਨਾ ਵੱਡਾ ਸਪੋਰਟ ਸਿਸਟਮ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਦੇਸ਼ ਛੱਡਣਾ ਪਿਆ ਅਖੀਰ ਉਹਨਾਂ ਨੂੰ ਗਿਵ ਅਪ ਕਰਨਾ ਪਿਆ ਜੇ ਉਹਨਾਂ ਦੀ GDP ਦੀ ਗੱਲ ਕਰ ਲਈਏ ਤਾਂ 6% ਤੋਂ ਲੈ ਕੇ 11% ਦੀ ਜਿਹੜੀ GDP ਹੈ ਉਹਦੇ ਵਿੱਚ 6% ਤੋਂ 11% ਦਾ ਹਿੱਸਾ ਜਿਹੜਾ ਉਸ GDP ਦਾ ਪੂਰੀ ਕੰਟਰੀ ਦਾ ਉਹ ਇੱਕ ਗਮ ਬਣਦੀ ਹੈ ਜਿਹੜਾ ਕਿ ਪੋਪੀ ਸੀਡਸ ਤੋਂ ਬਣਾਈ ਜਾਂਦੀ ਹੈ ਔਰ ਗਮ ਜਾ ਕੇ ਫਿਰ ਬਹੁਤ ਜਿਹੜਾ ਨਸ਼ਾ ਹੈਰੋਇਨ ਬਣਦੀ ਹੈ ਹੁਣ ਉਹ ਸਾਰਾ ਕੁਛ ਤਾਲਿਬਾਨ ਦੇ ਕੋਲ ਹੈ ਦੇਖਣ ਦੀ ਗੱਲ ਇਹ ਹੈਗੀ ਕਿ ਦਰਸ਼ਕੋ ਕਿ ਹੁਣ ਇਸ ਟਾਈਮ ਜਿਹੜਾ ਚਿੰਤਾ ਦਾ ਵਿਸ਼ੇ ਖਾਸ ਕਰਕੇ ਸਾਡੇ ਇੱਕ ਸੱਚੇ ਭਾਰਤ ਵਾਸੀ ਨੂੰ ਤਾਂ ਇਹੀ ਚਿੰਤਾ ਹੈ ਕਿ ਜਿਸ ਹਿਸਾਬ ਨਾਲ ਉਹ ਸਟੇਟਮੈਂਟਸ ਦੇ ਰਹੇ ਹਾਂ ਪਹਿਲਾਂ ਆਏ ਸੀਗੇ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੰਟਰੀ ਚਲਾਵਾਂਗੇ ਕਿਸੇ ਨੂੰ ਦੇਸ਼ ਛੱਡਣ ਦੀ ਜ਼ਰੂਰਤ ਨਹੀਂ ਹੈ ਪਰ ਕੁਛ ਦਿਨਾਂ ਬਾਅਦ ਉਹਨਾਂ ਨੇ ਗੱਲ ਵੀ ਕੀਤੀ ਸੀਗੀ ਕਿ ਅਸੀਂ ਜਿਹੜੇ ਵੂਮੈਨਸ ਰਾਈਟਸ ਹੈ ਜਿਹੜੇ ਆਪਣੇ ਲੇਡੀਜ਼ ਦੇ ਜਿਹੜੇ ਹੱਕ ਬਣਦੇ ਉਹ ਵੀ ਦੇਵਾਂਗੇ ਕੁਛ ਦਿਨਾਂ ਬਾਅਦ ਉੱਥੇ ਇੱਕ ਪਾਇਲਟ ਦੀ ਜਿਹੜੀ ਕਿ ਲੇਡੀਜ਼ ਪਾਇਲਟ ਆ ਉਹਨੂੰ ਪੱਥਰਾਂ ਨਾਲ ਮਾਰਿਆ ਜਾਂਦਾ ਕਹਿਣੀ ਅਤੇ ਕਥਨੀ 'ਚ ਉੱਥੇ ਫਰਕ ਆ ਗਿਆ ਫਿਰ ਉਹ ਵਾਰ ਵਾਰ ਜਾ ਰਹੇ ਹੈ ਕਿ ਗੱਲ ਕਰ ਰਹੇ ਹੈ ਕਿ ਅਸੀਂ ਕਿਸੇ ਹੋਰ ਕੰਟਰੀ ਨਾਲ ਸਾਡਾ ਕੋਈ ਨਹੀਂ ਸਾਡਾ ਡੈਮੋਕਰੈਟਿਕ ਵੇ ਹੋਊਗਾ ਹਾਲਾਂਕਿ ਹਾਲੇ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਤੋਂ ਇੰਨੀਆਂ ਨਹੀਂ ਰੱਖੀਆਂ ਜਾ ਰਹੀਆਂ ਪਰ ਗੱਲ ਉੱਥੇ ਆ ਜਾਂਦੀ ਹੈ ਕਿ ਇੰਡੀਆ ਨੂੰ ਕਿੰਨਾ ਕੁ ਖਤਰਾ ਔਰ ਪਾਕਿਸਤਾਨ ਦਾ ਜਿਹੜਾ ਉੱਥੇ ਇਨਵੋਲਵਮੈਂਟ ਹੈ ਖਾਸ ਕਰਕੇ ਤਾਲਿਬਾਨ ਗੌਰਮੈਂਟ ਦੇ ਵਿੱਚ ਉਹ ਹੱਦ ਤੋਂ ਜ਼ਿਆਦਾ ਕਿ ਉਹ ਖਤਰਨਾਕ ਸਿੱਧ ਹੋ ਸਕਦੀਆਂ ਭਾਰਤ ਲਈ ਇਨਵੋਲਵਮੈਂਟ ਹੋਣਾ ਇੱਕ ਅੱਡ ਗੱਲ ਹੈ ਇੱਕ ਹੋਣਾ ਕਿ ਸਾਡੇ ਸਿਰ 'ਤੇ ਚੱਲੇ ਕੁਛ ਟਾਈਮ ਪਹਿਲਾਂ ਉੱਥੇ ਤਾਲਿਬਾਨ ਤਹਿਰੀਕੇ ਤਾਲਿਬਾਨ ਆਫ ਪਾਕਿਸਤਾਨ ਵੀ ਸੀ ਯਾਨੀ ਕਿ ਤਾਲਿਬਾਨ ਦਾ ਇੱਕ ਪਾਰਟ ਸੀ ਕਿ ਉਹ ਹੁਣ ਵੀ ਕੰਮ ਕਰ ਰਿਹਾ ਇਹਨਾਂ ਚੀਜ਼ਾਂ 'ਤੇ ਕਿ ਉਹ ਵਾਕਈ ਔਰਗਨਾਈਜੇਸ਼ਨ ਹਾਲੇ ਵੀ ਹੈਗੀ ਹੈ ਅਤੇ ਜਿਹੜਾ ਪੰਚਸ਼ੀਰ ਜਿਹੜਾ ਉਹਨਾਂ ਦਾ ਸਟੇਟ ਆ ਉਹਦੇ ਉੱਤੇ ਕੱਲ੍ਹ ਉਹ ਕਹਿੰਦੇ ਸੀ ਕਿ ਅਸੀਂ ਕਬਜ਼ਾ ਕਰ ਲਿਆ ਕਾਫੀ ਫੋਰਸਿਸ ਦੇਖਣ ਨੂੰ ਸੁਣਨ ਨੂੰ ਖਬਰਾਂ ਜਿਹੜੀ ਨਿਕਲ ਕੇ ਆ ਰਹੀਆਂ ਕਿ ਪਾਕਿਸਤਾਨ ਏਅਰਫੋਰਸ ਨੇ ਬਹੁਤ ਜ਼ਿਆਦਾ ਮਦਦ ਕੀਤੀ ਉਹਨਾਂ ਨੂੰ ਉਸ ਸਟੇਟ ਦੇ ਉੱਤੇ ਹਾਵੀ ਹੋਣ ਲਈ ਫਿਰ ਉਹ ਵਾਰ ਵਾਰ ਕਸ਼ਮੀਰ ਦੀ ਗੱਲ ਕਰ ਰਹੇ ਹੈ ਕਿ ਅਸੀਂ ਇਨਸ਼ਾਅੱਲਾ ਸਾਨੂੰ ਪਾਕਿਸਤਾਨ ਦੇ ਕੁਛ ਲੋਕ ਕੱਟੜਪੰਥੀ ਕਹਿ ਰਹੇ ਕਿ ਹੁਣ ਤਾਲਿਬਾਨ ਦੀ ਹੈਲਪ ਨਾਲ ਅਸੀਂ ਕਸ਼ਮੀਰ ਫਤਿਹ ਕਰਾਂਗੇ ਸੱਚਾਈ ਕੀ ਹੈ ਇਹਨਾਂ ਮੁੱਦਿਆਂ 'ਤੇ ਭਾਰਤ 'ਤੇ ਕੀ ਅਸਰ ਪਏਗਾ ਆਉਣ ਵਾਲੀ ਜ਼ਿੰਦਗੀ 'ਤੇ ਤਾਂ ਉੱਥੋਂ ਦੇ ਰਹਿਣ ਵਾਲੇ ਵਸ਼ਿੰਦਿਆਂ 'ਤੇ ਕੀ ਅਸਰ ਪਏਗਾ ਇਹਨਾਂ ਸਾਰੀਆਂ ਗੱਲਾਂ 'ਚ ਐਤਵਾਰ ਨੂੰ ਸਾਡੇ ਨਾਲ ਸੀਨੀਅਰ ਪੱਤਰਕਾਰ ਜਲੰਧਰ ਤੋਂ ਜੁੜ ਗਏ ਨੇ ਰਕੇਸ਼ ਸ਼ਾਂਤੀਦੂਤ ਜੀ ਵੱਡੇ ਭਾਈ ਸਾਹਿਬ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਉਹਨਾਂ ਤੋਂ ਕੁਸ਼ਚਨ ਪੁੱਛਦੇ ਹਾਂ ਰਕੇਸ਼ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਇਸ ਜਸ ਪੰਜਾਬੀ ਦੇ ਪ੍ਰੋਗਰਾਮ ਉੱਪਰ ਬਹੁਤ ਮਿਹਰਬਾਨੀ ਜੀ ਤੁਹਾਡੀ ਬਹੁਤ ਮਿਹਰਬਾਨੀ ਵੈਲਕਮ ਤੁਹਾਡਾ ਰਕੇਸ਼ ਜੀ ਬੜਾ ਚਿੰਤਾ ਦਾ ਵਿਸ਼ਾ ਹੈ ਜੀ 20 ਸਾਲਾਂ ਬਾਅਦ ਅਮਰੀਕਾ ਉੱਥੋਂ ਆਊਟ ਹੋ ਜਾਂਦਾ ਅਫਗਾਨਿਸਤਾਨ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਇੱਕ ਉਹਨਾਂ ਨੇ ਕੱਟੜਪੰਥੀ ਇੱਕ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਪਾਕਿਸਤਾਨ ਦੇ ਹਿੱਸੇ ਤੋਂ ਜਿਹੜੇ ਇਹ ਬਿਆਨਬਾਜ਼ੀ ਆ ਰਹੀ ਹੈ ਕਿ ਹੁਣ ਅਸੀਂ ਜੋ ਹੈ ਕਸ਼ਮੀਰ ਫਤਿਹ ਕਰਾਂਗੇ ਤਾਲਿਬਾਨ ਦੀ ਮਦਦ ਨਾਲ ਔਰ ਖਾਸ ਕਰਕੇ ਜੇ ਪਿਛਲੇ 2-4 ਦਿਨਾਂ ਤੋਂ ਦੇਖਿਆ ਤਾਂ ਪਾਕਿਸਤਾਨ ਦੀ ਇਨਵੋਲਵਮੈਂਟ ਅਫਗਾਨਿਸਤਾਨ 'ਚ ਬਹੁਤ ਹੋਈ ਹੈ ਤਾਂ ਉਹਨਾਂ ਨੇ ਮਦਦ ਵੀ ਕੀਤੀ ਉਹਨਾਂ ਦੀ ਇੱਕ ਸਟੇਟ ਜਿੱਤਣ ਨਾਲ ਇਹ ਕੀ ਖਦਸ਼ਾ ਕਿੱਥੋਂ ਤੱਕ ਸਾਰਥਕ ਹੋ ਸਕਦਾ ਜੀ ਦੇਖੋ ਗੁਰਲਾਲ ਜੀ ਸਾਹਿਬ ਨੇ ਸ਼ੁਰੂ 'ਚ ਹੀ ਕਿਹਾ ਵੀ ਇਹ ਵਿਸ਼ੇ ਬੜਾ ਚਿੰਤਾ ਦਾ ਹੈ ਜੀ ਔਰ ਜਿਸ ਤਰੀਕੇ ਦੇ ਨਾਲ ਉੱਥੋਂ ਅਮਰੀਕਾ ਗਿਆ ਉੱਥੋਂ ਛੱਡ ਕੇ ਔਰ ਅਮਰੀਕਾ ਦਾ ਕੰਫੀਡੈਂਸ ਸੀ ਬੜਾ ਵੱਡਾ ਕਿ ਅਸੀਂ 20 ਸਾਲ ਜਿਹੜਾ ਇਸ ਮੁਲਕ ਦੇ ਅੰਦਰ ਆ ਕੇ ਇੱਥੇ ਇੱਕ ਡੈਮੋਕ੍ਰੇਸੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਇੱਕ ਅੱਛੀ ਫੌਜ ਬਣਾ ਕੇ ਦਿੱਤੀ ਕਿ ਉਹ ਆਪਣੀ ਸੁਰੱਖਿਆ ਨਾਲ ਨਿਪਟ ਸਕਣ
और फिर जिस ढंग दे नाल इस तरह अमेरिकन फोर्सेस निकलनिया शुरू हुई और फिर उन्हां दे राष्ट्रपति जिहड़े गनी साहब भज जांदे आ और अराजकता फिर वही जिहड़ी 20 साल पुरानी अराजकता कुछ मिनटां दी वापस आ जाती है। लेकिन एक अलग गल है भी ये मतलब अमेरिका एक सुपर पावर है जिहड़ी उन्हों उहदी अक्खों परोले गल किदां रह गई कि भई ऐसे हालात पैदा हो सकते। बट फिर भी एक जिम्मेवार दुनिया की क्योंकि आगू कंट्री है वो तो हले भी ये है कि असी अफगानिस्तान में जोड़ा वो बेहतर तरीके दे नाल बनाने दे विच अपनी कंट्रीब्यूशन जारी रखेंगे। तो जो आप चिंता की गल करते हैं तो खास तौर पर साउथ एशिया का जोड़ा हिस्सा है वो जिसे असी भारत पैदा अपना मुल्क जोड़ा इतने जी तो सारे अमेरिकन इंडियंस है उत्थे जोड़े रह रहे जो तुम्हें भी चिंता का विषय थोड़े लिए भी क्योंकि तो भारत की भी जी है जिस तरह अमेरिका ने 20 साल उत्थे लाए इस तरह भारत ने भी अफगानिस्तान के अंदर बहुत सारा जोड़ा इन्वेस्टमेंट योगदान दिता जी उस जी डेमोक्रेसी को बहाल करने तो तक कि पार्लीमेंट बनाए डैम्स बनाए रोड नेटवर्क्स दिते बहुत सारी कंट्रीब्यूशन क्योंकि अमेरिका और इंडिया के इस वे बहुत अच्छे रिलेशन सी और इंडिया नु अपने लिए जरूरत भी सी बेशक पर उत्थे एक अच्छा मुल्क बनाने की कोशिश की थी। बट जो एक लगातार ये कहा जा रहा है कि जी अफगानिस्तान की जी धरती है वह एक बहुत बड़ा हिस्सा है पाकिस्तान का जो स्पॉन्सर टेररिज्म इंडिया चलता है या ईवन अमेरिका तक भी जाता है वह जो है धरती का इस्तेमाल होता रहा है और जिस तरह ही जी कमान है तालिबान के हाथ चाहिए है तो यह चिंता एक बार फिर बहुत वही बन गई है। और जो असं इन ये देखते हैं कि जो भारत के सरकार ने धारा 370 तोड़न तो बाद जोड़ा मतलब कि आम जी पब्लिक है वो तो बड़ी सुखावा महसूस कर रही है पर उत्थे घाटी के जी है कुछ पोलिटिकल पार्टीज के जड़िया उत्थे दियाँ कुछ जड़ा उत्थे जोड़ा एक आस थी कि बहुत छेती सुधार होएगा उस सुधार की स्पीड स्लो है। और जिस तरह तुम जिक्र किया कि उन्होंने आंदे ही कहा पहला पहला उन्होंने कहा कि असी जी इंडिया के जी इंडिया दी इस किस्म दी प्रॉब्लम्स ने वो साडा इंटरवेंशन नहीं होएगी पर यकदम उन्होंने कह रहे हैं भी किसी भी जिथे भी मुसलमान इस इस्लाम तंगी चाहे असी उत्थे साडा आवाज बुलंद करना साडी बनती है। सो ये भारत की जी चिंता सी वो सीधे तौर पर स्पष्ट हो गई है कि तालिबान ने जी है ये गल साफ तो सीधे तौर पर कहती है कि वो डायरैक्ट इनडायरैक्ट जोड़ा है वो कश्मीर के जोड़े लोग ने उन्होंने वैसे भारत ने तो इन प्रमाणिक तौर पर दसिया कि जेडे भारत का जरा कश्मीर का हिस्सा है वो उत्थे दे कश्मीरी नहीं इस इन चीज़ों के शामिल है जोड़ा पाकिस्तान स्पॉन्सर्ड जोड़े टैररिस्ट ने वो इतने आ गए उत्थे इस किस्म का करते हैं। तो ये एक बड़ा खदशा फिर खड़ा हो गया कि तालिबान की धरती तो अफगानिस्तान की धरती तो जोड़ा वो उन्होंने मदद मिलेगी ये बहुत बड़ी चिंता का विषय है। और फिर जोड़े रिश्ते ने चाइना पाकिस्तान और तालिबान जी गवर्नमेंट नवी आई है उन्होंने जोड़े रिलेशन जो फौरी तौर पर जो रिएक्शन आए हैं तालिबान को सरकार चतन के और जोड़े इस खिते इंडिया पाकिस्तान चाइना रिलेशन है और जड़िया उन्होंने बहुत उच्चिया महत्वाकांक्षा ने पाकिस्तान और चाइना दुनिया के उत्ते राज चाइना दियाँ उन्होंने वो जी जो स्ट्रैटजीज जो एंटी इंडिया स्ट्रैटजीज जिहड़ियां उन्हां दियां हैगियां ने वो लगता है भी ऐसे खदशे है कि वो साडे लई जिहड़ी है वो चिंता वधी है। राकेश जी, इत्थे ना एक गल खड़ी हो जाती है कि जिहड़ी इनवॉल्वमेंट पाकिस्तान की हद तो ज़्यादा, खास करके पिछले 2-3 दिनों तो आपकी एयरफोर्स भेजना जिहड़ा उन्हां दा एरिया सीगा पंचशीर, जिहड़े कि उपराष्ट्रपति साले साहब सीगे जिहड़े, वो उत्थे कहिंदे सीगे कि असीं आप दोबारा असीं अफगानिस्तान से कब्जा करके डेमोक्रेसी बहाल करांगे। वो भी उन्हां नूं उत्थों कढ़णा पिया। वो अज की ताज़ा खबर है कि तालिबान ने वो भी टेक ओवर कर रहा, जिहड़ी पाकिस्तान एयरफोर्स उन्हां दी मदद कर रही है। जे आई स्पीड रही तो कितने ना कितने आपां नूं सोचण या इंडिया गवर्नमेंट नूं सोचण लई मजबूर होना पवेगा कि सानू भी उस जिहड़ा धरती का हिस्सा है इंडिया का, उत्थे आपां नूं फोर्सेस वधाउणियां पै सकदियां आउण वाले दिनां च। देखो गुरलाल ऐसे इमीजिएटली तो ऐसी स्थिति दे विच शायद हुण अमेरिका भी नहीं होएगा क्योंकि जिथों शुरुआत हुई थी उस तरीके नाल उत्थे वापस फौरी तौर पर स्ट्राइक्स करनिया या जाना इस किस्म का माहौल क्रिएट करना
क्योंकि भारत की जिहड़ी मुख मंशा हैगी है वह भारत, क्योंकि पूरी दुनिया में बहुत शांति नाल देखना चाहता है। अमेरिका की भी यही सोच होंगी है कि पीसफुल वर्ल्ड बने और हर आदमी के जिहड़े ह्यूमन राइट्स है वह किसी भी कंट्री चाहे सेफ रहन जिहड़े हैगे है। पर जिहड़ी तुसीं गल कीती है कि सानू ऐसा मौका आएगा, देखो हले जिहड़ी तालिबान डिप्लोमेसी है वो बड़े खदशे पैदा करती है। जिस तरह तुसीं कल का जिक्र किया कि पंजशीर घाटी के विच जिहड़ा वो पाकिस्तान दी एयर स्ट्राइक्स हुई हैं, दोनों पासे हले चल रहे, हले कलैरिटी नहीं है, क्योंकि पंजशीर तो भी अहमद मसूद ने कहा भी नहीं असी उन्होंने बंदे जिहड़े 21 आदमी उन्होंने मारते हैं और 4 उन्होंने असी पाकिस्तान के जिहड़े फौज के अफसर फड़ लए हैं। और कितने ना कितने नो डाउट, क्योंकि पंजशीर घाटी के जिहड़े अहमद मसूद ने कजाकिस्तान तो बिलोंग करते हैं और कजाकिस्तान रूस का एक बड़ा हिस्सा है और उत्थे ऐसा भी मनिया जा रहा है कि रूस उन्हां दी सपोर्ट करेगा पंजशीर घाटी दे विच। तो पर जिहड़ी एक वड्डी गल मैं तुहाडे नाल सांझी करना चाहना है कि देखो जिहड़ा तालिबान दा माइंड सैट है ना, जिस तरह जदों अमेरिका ने 20 साल उत्थे लाए, भारत ने कंट्रीब्यूट किया कि इत्थे एक अच्छी जिहड़ी है डेमोक्रेसी देनी है, और काफ़ी हद तक जदों असीं अफगानिस्तान दीयां वीडियोज़ अफगानिस्तान दीयां खबरां पढ़ते सी तो उत्थे मॉडर्नाइजेशन दिखदी सी, काबुल कंधार वर्गे शहरां दे विच लगदा सी कि बदलाव आ रहा है। पर जिहड़ा प्रैक्टिकली जिहड़ा रिपब्लिक जिहड़ा इस्लामिक रिपब्लिक ऑफ खालिस्तान का जिहड़ा नाम बदल के पहली जिहड़ी सोच है कि एमीरेट्स ऑफ अफगानिस्तान करना, ये अपने आप ही दसदा है कि तालिबान डेमोक्रेसी का पक्षधर नहीं है। नहीं है वो नहीं जिहड़ी है। वो अमीरां वाली जिहड़ी उन्हां दी माइंड सैट है कि ये साडा मुल्क है असीं जिद्दां मर्जी उन्हां चलावांगे। तो दूसरा उन्होंने मुश्किल इस वेले यह है कि जिस किस्म की उन्होंने जिस किस्म का 20 साल के अमेरिका की सपोर्ट के नाल इंडिया की सपोर्ट ने अफगानिस्तान के जो होर शुभ चिंतक देश से उत्थे की पब्लिक के शुभ चिंतक देश जो देश से उन्होंने की मदद के नाल जो उ बदलाव आया सी उत्थे लोगों कितने ना कितने हौसले भी बने उस डेमोक्रेसी वाले, क्योंकि तो कल जिस तरह उत्थे पाकिस्तान के खिलाफ काबुल के उत्थे महिलाओं ने आगे जोड़े है वो नारे लाए है और हले भी तालिबान ने उत्थे हवाई फायर किए हैं। जी जी तो जी ये जी जी गल है वो चीज़ हले भी एक खदशा बरकरार है कि जिहड़ा तालिबान जिहड़ी गल करदा असीं दुनिया दे नाल चलना चाहते हैं, दुनिया दे नाल चलाना चाहुंदी है। जिहड़ा यूनाइटेड नेशन जिहड़ी है सिक्योरिटी काउंसल ने तां इंडिया दी जिहड़ा इंडिया दा 31 अगस्त नूं उत्थे दी प्रेजिडेंशियल जिहड़ी शिफ्ट सी उस महीने दी आखिरी दिन सी और उदों रेजोल्यूशन पास कीता उत्थे सारिया ने, जिहदे विच हले कि चाइना और रशिया और जिहड़ा पाकिस्तान नूं नहीं शामिल होया, पर उत्थे एक रेजोल्यूशन पास होया कि एक व्यक्ति दे तौर दे उत्ते जिहड़ी सरकार बननी जा सकदी है उहनूं असीं फिलहाल मानता दिंदे हां। सो दुनिया जिहड़ी है नो डाउट अफगानिस्तान नूं तालिब, क्योंकि उत्थे दे मुल्क दे लोगों के हत्थां च रह के चलाउण दी कोशिश करदी है, पर तालिबान की नीयत जिहड़ी है वह हले बिल्कुल स्पष्ट बिल्कुल नहीं हो रही। और जिहड़े तुसीं जिक्र किया भी जिहड़े खदशे बरकरार है वह खदशे हले बहुत इनिशियल स्टेज है, इहदे उत्ते जिहड़ा वह हले खदशे बरकरार ही नहीं है। मैनूं लगता है कि जिस तरह का तालिबान के अंदर जिहड़ियां प्रॉब्लम्स चल रही है, तालिबान के अंदर तुसीं देखो ना भी जिहड़ा सिराजुद्दीन हकानी है जिहड़ा जिहदा आईएस के नाल संबंध है सीधे तौर पर, जिन्होंने ट्रेड टावर के उत्ते जिस वेले हमला किया सी अपने जिहड़े राकेश राकेश जी आप इतने आने आप ना इस तो बाद आप जो वूमेन्स राइट की गल करता सी तो उस तो बाद एक लेडीज लेडी पायलट नू पत्थरां नाल मारिया जाना ते फिर दोहा दे विच या इंडियन जिहड़े अपने राजदूत है उन्होंने मिलिया जाना तालिबान वालों तो एक समझौता पेश किया जाना आप दे वालों तो उस तो बाद जिहड़ी चीज़ कही जानी वह उभर के सामने ना आनी कई एंगल दर्शाती है। राकेश जी आपको रुकना पै रहा एक छोटी जी ब्रेक लई दर्शकों साडे बने हुए हैं राकेश शांतिदूत जी बहुत सोहना इलैबरेट कर रहे हैं जिहड़ी ह्यूमैनिटेरियन क्राइसिस आई है हुई है इस टाइम अफगानिस्तान पहला लगता सीगा कि शायद तालिबान उस रूप में ना आए क्योंकि उन्होंने प्रॉमिस किया पर हुण जिहड़ियां सिचुएशनस जिहड़ियां दिशावां सामने आ रही आ जिहड़ियां फोटो तस्वीर सामने आ रही हैं कोई खास वधिया नहीं है। आप कंटिन्यू रखांगे रुकते हैं एक छोटी जी ब्रेक लई दे बने रहो जस पंजाबी तो दर्शकों साडे नाल बने हुए ने राकेश शांतिदूत जी। राकेश जी आप गल कर रहे सीगे उन्होंने दोहा दे विच इंडियन जिहड़े अंबैसडर से उन्होंने गल की आप सद के की तो उन्होंने कहा कि असं चाहते हैं कि इंडिया आपदे जिहड़े प्रोजेक्ट है वह जारी रखे पर
एक पासे उत्थे कट्टरपंथियों का यह बयान आ जाना और पाकिस्तान की हद तो ज़्यादा इनवॉल्वमेंट हो जानी, माहौल उदा का सिरजिया नहीं जा सकया कि इंडियन गवर्नमेंट्स या इंडियन कंपनीज उत्थे जिहड़ियां प्रोजेक्ट आपदे किदां जारी रख सकणगे, दसो तां। देखो इस माहौल दे विच जिहड़ा प्रोजेक्ट्स नूं जारी रखना तां मैनूं लगदा वैसे तो सरकारां दा अपने डिसीजन ने, पर मैनूं लगदा कि ऐसी हालात दे विच जिहड़ी घट्टो घट भारत की सरकार जिहड़ी है, क्योंकि भारत ने सब तो पहला बड़ा वधिया जिहड़ा काम किया है कि बहुत ही समय रहिंदे मैनूं लगदा कि भारत ने इस चीज़ नूं भांप लिया सी कि हालात की बनन जा रहे हैं, तां उन्होंने उन्हां बदलदे हालातों के अपने जिहड़े उत्थे दा साडी जिहड़ी एम्बैसी सी उहदे विचों बहुत सारे अपने कर्मचारी और उत्थों लैंदे सी, और ईवन जदों अगस्त का कुछ समय मिलिया उहदे विच जिहड़े भारतीय मूल के हिंदू सिख बहुत सी उन्हां नूं फौरी तौर पर लियांदा गया, और फिर श्री गुरु ग्रंथ साहब जी के स्वरूप जिहड़े उत्थे सी विद्वान सी जिहड़े उत्थे सजे सी उन्हां नूं बड़ी रिस्पैक्ट दे नाल इंडिया च लिया गया, और हुण क्या हुण इंडिया गवर्नमेंट का यह कहना कि हुण साडे बंदे उत्थे बिल्कुल नहीं हैगे और साडी एम्बैसी हले चल रही है, एम्बैसी नूं उत्थे दे लोकल जिहड़े लोग आ उह चला रहे है, पर जिहड़ी तुसीं गल कीती कि उत्थे निश्चित तौर ते ऐसी इस तरह इस हालात दे विच प्रोजेक्ट्स नहीं चले जा सकते, क्योंकि मैनू यह लगता है उत्थे गुरु लाल जी कि उत्थे जिहड़ी तालिबान जिहड़ी ग्रुप्स ने ना जी हले अपने आप दे विच ही वह सहमत नहीं है, आपसी सहमति भी उत्थे हले बहुत वड्डे लैवल ते नहीं हैगी, क्योंकि शुरुआती दौर दे विच शुरू च उन्होंने बड़ी बड़ी गल्लां कीतियां सी कि औरतों नूं असीं अधिकार देंगे यह कुछ करांगे सारा कुछ उन्होंने गल्लां कीतियां सी, फिर कहा सी कि असीं सरकार पहलां उन्होंने कहा कि असीं इस वीक दे तीसरे दिन च दे देंगे, फिर तीन दिन होर वध गए, हुण भी उन्होंने जिहड़ा अफरी तफरी दे विच जिहड़ी मतलब उन्हां दी सहमति वाली सरकार नहीं दिखदी जिहड़ी इंटरिम गवर्नमेंट बनी है, बेसिकली दिस इज एन इंटरिम गवर्नमेंट, तां उहदे विच भी जदों पहला इह कहा जा रिहा सी कि जिहड़ा तालिबान दा जिहड़ा जन्मदाता है जिहड़ा की नाम उहनां दा अपने बदर अल बदर जिहड़ा हैगा उहनूं बनाया जाएगा, पर फिर जिहड़ा उह जिहड़ा दबाव जिहड़ा उहदा बण गया मुखरंदी दा, फिर एक आई एस हुणे आपां जिक्र कर रहे कि आई एस दे नाल जिहड़ा जिहड़ा अमेरिका दी टैररिस्टां दी सूची च शायद टॉप लोगों दे विच जिहड़ा शामिल है हकानी ग्रुप दा जिहड़ा उहनूं उहनां ने सिराजुद्दीन हकानी नूं गृह मंत्री लैणा पिया, इट मीनस कि उत्थे हदे इंटरनल स्थिति जिहड़ी तालिबान दे अंदर दी हैगी है उह कोई बहुत वधिया नहीं हैगी, हाँ पंजशीर दे विच जिहड़े लोग जिहड़ी रेजिडेंट्स ऑफ रेजिडेंट रिपब्लिक ऑफ अफगानिस्तान दे नाम दे उत्ते प्लेटफॉर्म ते लड़ रहे जिहड़े लोग है उह एक आस दुनिया लई हैगे है कि अगर उहनां दी कोई सपोर्ट दे नाल अगर अफगानिस्तान नूं बचाया जा सके, क्योंकि देखो ना शुरू च जिहड़ा हुणे तुसीं आपां जिक्र कर रहे सी कि हैरोइन उहनां दा हिस्सा तुसीं शुरू च जदों ओपनिंग कीती तुसीं दस्सिया कि जीडीपी दा उहदे विच इन्ना हिस्सा सी, हां जी मैं उत्थे आ रहा हां, उहदे विच इह है कि हद्दे की शुरुआत दे विच इहनां ने आंदे इह वी कहा सी तालिबान ने कि असीं जिहड़ी है इह खेती जिहड़ी आ उह अफगानिस्तान च बंद होएगी, पर इनिशियल स्टेज ते ना उहनां ने इहदे उत्ते कोई फिर दुबारा तों जिहड़ी है गल कीती है, और फिर जदों महिलावां नूं कहा सी इहनां ने कि सरकार दे विच भी हिस्सा दित्ता जाएगा, ਕੱਲ ਜਦੋਂ ਅਨਾਊਂਸਮੈਂਟਸ ਕੀਤੀਆਂ ਗਈਆਂ ਇੰਟਰਿਮ ਗਵਰਨਮੈਂਟ ਦੀਆਂ ਕਿ ਇਹਦੇ ਵਿੱਚ ਇੰਟਰਿਮ 'ਚ ਤੁਸੀਂ ਅਗਰ 4-5 ਲੋਕ ਬਣਾਏ ਆ ਤਾਂ ਉਸ ਰੇਸ਼ੋ 'ਚ ਮਹਿਲਾਵਾਂ ਕਿਉਂ ਨਹੀਂ ਆਈਆਂ, ਤਾਂ ਜਿਹੜਾ ਉਹ ਸਪੋਕਸਪਰਸਨ ਸੀ ਉਹਦਾ ਜਵਾਬ ਇਹ ਸੀ ਕਿ ਹੱਲੇ ਇਹ ਬਣਿਆ ਨਹੀਂ ਹੈਗਾ ਪੂਰੀ ਸਰਕਾਰ ਨਹੀਂ ਬਣੀ, ਤੋ ਮਤਲਬ ਹੱਲੇ ਉਹਨਾਂ ਦਾ ਮਾਈਂਡਸੈਟ ਜਿਹੜਾ ਹੈ ਹੱਲੇ ਜਿੰਨੀ ਦੇਰ ਕਲੈਰਿਟੀ ਨਹੀਂ ਆਉਂਦੀ ਓਨੀ ਦੇਰ ਜਿਹੜਾ ਮਾਈਂਡਸੈਟ ਤਾਲਿਬਾਨਸ ਦਾ ਹੈਗਾ ਉਹਨੂੰ ਅਸੀਂ ਜਿਹੜਾ ਅੱਖੋਂ ਪਰੋਲੇ ਨਹੀਂ ਕਰ ਸਕਦੇ ਕਿ ਉਹਨਾਂ ਦੀ ਨੀਅਤ ਜਿੰਨੀ ਦੇਰ ਕਲੈਰਿਟੀ ਸਾਫ਼ ਨਹੀਂ ਆਏਗੀ। ਅੱਛਾ ਤੁਸੀਂ ਗੱਲ ਕੀਤੀ ਸੀ ਕਿ ਦੋਹਾ ਦੇ ਵਿੱਚ ਉਹਨਾਂ ਨੇ ਸਾਡੇ ਐਂਬੈਸਡਰ ਇੰਡੀਅਨ ਐਂਬੈਸਡਰ ਦੇ ਨਾਲ ਗੱਲ ਕੀਤੀ, ਆਪ ਉਹਨਾਂ ਨੇ ਮਿਲਣਾ ਚਾਹਿਆ, ਫਿਰ ਉਹਨਾਂ ਨੇ ਉੱਥੇ ਕਿਹਾ ਵੀ ਅਸੀਂ ਮਹਿਲਾਵਾਂ ਦਾ ਵੀ ਕਰਾਂਗੇ, ਅੱਛਾ ਅਫਗਾਨਿਸਤਾਨ ਬਣਾਉਣਾ ਚਾਹੁੰਦੇ ਹਾਂ, ਬਟ ਜਿਹੜੀ ਦੂਸਰੇ ਪਾਸੇ ਜਦੋਂ ਗੱਲ ਆ ਜਾਂਦੀ ਹੈ ਕਿ ਉਹ ਇਹੋ ਜਿਹੜੇ ਹਾਲਾਤ ਪੈਦਾ ਕਰ ਰਹੇ ਆ ਦੁਬਾਰਾ ਤੋਂ ਕਿ ਮਹਿਲਾਵਾਂ ਨੂੰ ਜਿਹੜਾ ਉਹਨਾਂ ਲਈ ਉਹ ਵੈਸੀ ਮੁਸ਼ਕਲ ਹੈ, ਔਰ ਹੁਣ ਮੈਨੂੰ ਲੱਗਦਾ ਕਿ ਇੰਡੀਆ ਨਾਲ ਉਹ ਜਿਹੜੀ ਇਹ ਡਿਪਲੋਮੈਸੀ ਕਿਉਂ ਕਰ ਰਹੇ ਆ ਕਿ ਜਿਹੜਾ ਇੱਕ ਪਾਸੇ ਤੁਸੀਂ ਬੜੇ ਜ਼ਿਕਰ ਕੀਤਾ ਸੀ ਕਿ ਉੱਥੇ ਪ੍ਰੋਜੈਕਟਸ ਚਲਾਏ ਜਾਣਗੇ, ਸੋ ਅਫਗਾਨਿਸਤਾਨ ਨੂੰ ਚਲਾਉਣ ਲਈ ਵੀ ਸਰਕਾਰ ਨੂੰ ਐਸੇ ਜਿਹੜੀਆਂ ਮਦਦ ਤਾਂ ਦੁਨੀਆ ਤੋਂ ਲੋੜ ਪਏਗੀ, ਤਾਂ ਜਿਹੜਾ ਵੈਸਟਰਨ ਵਰਲਡ ਹੈ ਵੈਸਟਰਨ ਵਰਲਡ ਦੀ ਮਦਦ ਜਿਹੜੀ ਅਫਗਾਨਿਸਤਾਨ ਦੇ ਅੰਦਰ ਇਨਫਰਾਸਟ੍ਰਕਚਰ ਜਿਹੜਾ ਡਿਵੈਲਪਮੈਂਟ ਦੇ ਜਿਹੜਾ ਜਾਰੀ ਕੰਮ ਆ ਉਹ ਲੈਣ ਲਈ ਉਹ ਮਦਦ ਲੈਣ ਲਈ ਮੈਨੂੰ ਲੱਗਦਾ ਹੈ ਕਿ ਭਾਰਤ ਇੱਕ ਐਸੀ ਅਹਿਮ ਕੰਟਰੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਇਹ ਤਾਲਿਬਾਨ ਨੇ ਜਿਹੜੇ ਨਵੇਂ ਐਮੀਰੇਟਸ ਉੱਥੇ ਦੇ ਬਣ ਕੇ ਆਏ ਆ ਉਹਨਾਂ ਦੀ ਡਿਪਲੋਮੈਸੀ ਇਹ ਕਹਿੰਦੀ ਹੈ ਕਿ ਇੰਡੀਆ ਨੂੰ ਅਗਰ ਇੰਡੀਆ ਸਾਨੂੰ ਅਗਰ ਮਾਨਤਾ ਕਿਸੇ ਤਰੀਕੇ ਦੇ ਦਿੰਦਾ ਤੇ ਸਾਨੂੰ ਵੈਸਟਰਨ ਵਰਲਡ ਦੀ ਮਾਨਤਾ ਮਿਲ ਜਾਏਗੀ, ਕਿਉਂਕਿ ਇੰਡੀਆ ਦੇ ਇਸ ਵੇਲੇ ਵੈਸਟਰਨ ਵਰਲਡ ਨਾਲ ਰਿਲੇਸ਼ਨਸ ਹੈ, ਪਰ ਇੰਡੀਆ ਇਸ ਵੇਲੇ ਪੇਸ਼ ਦੀ ਸਥਿਤੀ ਚ ਇੰਡੀਆ ਲਈ ਸਭ ਤੋਂ ਵੱਡੀ ਗੱਲ ਤਾਂ ਕਿ ਆਤਮ ਸੁਰੱਖਿਆ ਕਿੰਨੀ ਹੈ,
राइट ਸਾਡੇ ਜਿਹੜੇ ਹੈ ਕਿਉਂਕਿ ਇਸ ਵੇਲੇ ਸਾਡੇ ਮੁਲਕ ਦੇ ਵਿੱਚ ਬਹੁਤ ਵੱਡਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿਹੜਾ ਮੂਲ ਰੂਪ ਤੋਂ ਜਿਹੜਾ ਪੰਜਾਬ ਦੇ ਵਿੱਚੋਂ ਖੜਾ ਹੋਇਆ ਜਿਹੜਾ ਅੰਦੋਲਨ ਹੈ। ਦੂਸਰੇ ਪਾਸੇ ਇਹਨੂੰ ਦੇਖਦੇ ਹੋਏ ਜਿਸ ਕਿਸਮ ਦਾ ਸਰਕਾਰ ਸਾਡੀ ਦਾ ਰਵੱਈਆ, ਉਹਦੇ ਮੁਤਾਬਕ ਵੀ ਕਿਸਾਨਾਂ ਦਾ ਹੈਗਾ, ਉਹਦੇ ਨਾਲ ਵੀ ਡਿਸਟਰਬੈਂਸ ਜੀ ਦਿਖਦੀ ਹੈ ਪੰਜਾਬ ਦੇ ਵਿੱਚ, ਕਈ ਸ਼ੰਕਾਵਾਂ ਪੈਦਾ ਹੁੰਦੀਆਂ ਨੇ ਕਰੀਬ ਕਰੀਬ ਨਾਰਥ ਫਿਰ ਇੰਡੀਆ ਦੇ ਇਸੇ ਵਿੱਚ। ਡਿਸਟਰਬੈਂਸ ਹੈ। ਤੋ ਸਾਡੇ ਲਈ ਵੱਡੀ ਚਿੰਤਾ ਦਾ ਹਿੱਸਾ ਇਹ ਹੈ ਕਿ ਅਸੀਂ ਬਾਰਡਰ ਤੇ ਬੈਠੇ ਹਾਂ, ਸਾਡਾ ਅਫਗਾਨਿਸਤਾਨ ਦੇ ਨਾਲ ਬੇਸ਼ੱਕ ਇੱਕ ਬਹੁਤ ਛੋਟਾ ਜਿਹਾ ਹਿੱਸਾ ਲੱਗਦਾ ਹੈ, ਬਟ ਉਹ ਲੱਗਦਾ ਹੈ। ਔਰ ਉੱਥੋਂ ਦੀ ਜਿਹੜੀ ਜਿਹੜੇ ਟੈਰਰਿਸਟ ਦੀ ਐਂਟਰੀਜ਼ ਦੂਸਰੀਆਂ ਤੀਸਰੀਆਂ, ਇਹਦਾ ਖਦਸ਼ਾ ਬਰਕਰਾਰ ਹੈਗਾ। ਸੋ ਇੰਡੀਆ ਮੈਨੂੰ ਨਹੀਂ ਲੱਗਦਾ ਕਿ ਹਜੇ ਇੰਨੀ ਛੇਤੀ ਜਿਹੜਾ ਉਸ ਕਿਸਮ ਦੀ ਮਾਨਤਾ ਦੇਣ ਵਾਲੇ ਪਾਸੇ ਜਾਏਗਾ। ਉਹ ਵੀ ਇੰਡੀਆ ਵੀ ਪਹਿਲਾਂ ਆਪਣੀਆਂ ਟਰਮਸ ਉਹਦੇ ਉੱਤੇ ਕੋਈ ਰੱਖੇਗਾ। ਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇਹੋ ਜਿਹੇ ਹਾਲਾਤ ਸਾਨੂੰ ਫੌਜ ਮਾਰਨੀ ਪਏਗੀ, ਉਹ ਮੈਨੂੰ ਲੱਗਦਾ ਉਹ ਐਕਸਟ੍ਰੀਮ ਹੈ। ਫਿਰ ਉਹ ਜਦੋਂ ਕਿਤੇ ਲੱਗੇਗਾ ਤਾਂ ਫਿਰ ਅਮਰੀਕਾ ਵੀ, ਮੈਨੂੰ ਲੱਗਦਾ ਵੀ ਅਮਰੀਕਾ ਨੇ ਹਲੇ ਕਿਹਾ ਕਿ ਅਸੀਂ ਜਿਹੜਾ ਸਾਡੇ ਕੋਲ ਅਗਰ ਕੁਝ ਲੋਕ ਨੇ ਜਾਂ ਦੁਨੀਆ ਦੇ ਜਿੱਥੇ ਵੀ ਖਿੱਤੇ 'ਚ ਲੋਕ ਬੈਠੇ ਆ ਉਹਨਾਂ ਦੇ ਹਿਊਮਨ ਰਾਈਟਸ ਵੀ ਅਮਰੀਕਾ ਕਰਦਾ ਆਇਆ, ਸ਼ੁਰੂ ਤੋਂ ਕਰਦਾ ਆਇਆ ਸੀ ਹਿਊਮਨ ਰਾਈਟਸ ਲਈ, ਉੱਥੇ ਜਿਹੜਾ ਉਹ ਜਾਵਾਂਗੇ। ਐਸੀ ਗੱਲ ਰਕੇਸ਼ ਜੀ, ਇੱਕ ਨਾ ਬੜਾ ਤਕੜਾ ਖਦਸ਼ਾ ਆਇਆ, ਤੁਸੀਂ ਵੀ ਦੇਖਿਆ ਹੋਣਾ ਕਿ ਅਮਰੀਕਾ ਜਦੋਂ ਉੱਥੋਂ ਛੱਡ ਕੇ ਗਿਆ ਤਾਂ ਬਹੁਤ ਹੀ ਮਾਡਰਨ ਹਥਿਆਰ, ਮਾਡਰਨ ਤਰ੍ਹਾਂ ਦੀਆਂ ਉਹਨਾਂ ਨੂੰ ਜਿਹੜੀਆਂ ਮਿਜ਼ਾਈਲਸ ਵਗੈਰਾ ਵਰਐਵਰ ਉੱਥੇ ਛੱਡ ਕੇ ਆਇਆ। ਇਹ ਇੱਥੋਂ ਦੇ ਅਫੀਸ਼ਲਸ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਤਾਲਿਬਾਨ ਦੇ ਹੱਥ ਉਹ ਚੀਜ਼ਾਂ ਆਉਣੀਆਂ, ਔਰ ਉਸ ਤੋਂ ਬਾਅਦ ਇੱਕ ISI ਜਿਹੜੀ ਪਾਕਿਸਤਾਨ ਦੀ ਏਜੰਸੀ ਹੈ ਉਹਨਾਂ ਦਾ ਜਿਹੜਾ ਹੈੱਡ ਹੈ ਮਿਸਟਰ ਫੇਜ਼, ਉਹ ਉੱਥੇ ਜਾਂਦਾ ਹੈ ਔਰ ਚਲੋ ਮਿਲਣਾ ਵਰਤਣਾ ਬਣਿਆ ਹੋਇਆ, ਪਰ ਉਹਨਾਂ ਨੂੰ ਲੀਡ ਕਰਦਾ, ਉਹਨਾਂ ਦੀ ਮੀਟਿੰਗਸ ਲੀਡ ਕਰਦਾ। ਉਸ ਤੋਂ ਬਾਅਦ ਉਹ ਬੰਦਾ ਉਹ ਜਾ ਕੇ ਉੱਥੇ ਦੱਸਦਾ ਕਿ ਕਿਸੇ ਤਰ੍ਹਾਂ ਆਪਾਂ ਸ਼ੀਰ ਘਾਟੀ ਨੂੰ ਕਿੱਦਾਂ ਆਪਾਂ ਫਤਿਹ ਕਰਨਾ। ਇੱਕ ਪਾਸੇ ਤਾਂ US ਵੱਲੋਂ ਦਿੱਤੇ ਗਏ ਆਰਮਸ ਜਿਹੜੇ ਉਹਨਾਂ ਕੋਲ ਹੈ, ਇੱਕ ਪਾਸੇ ISI ਦਾ ਹੈੱਡ ਵੀ ਉੱਥੇ ਜਾ ਕੇ ਆਪਦੀ ਇਨਵੋਲਵਮੈਂਟ ਦਿਖਾਉਂਦਾ ਹੈ, ਇਹ ਕਿਤੇ ਨਾ ਕਿਤੇ ਹੋਰ ਵੱਡਾ ਚਿੰਤਾ ਦਾ ਵਿਸ਼ਾ ਨਹੀਂ ਹੈ? ਦੇਖੋ ਇਹ ਜਦੋਂ ਅਸੀਂ ਹਥਿਆਰਾਂ ਦੀ ਗੱਲ ਕਰਦੇ ਹਾਂ ਇਨੀਸ਼ੀਅਲ ਸਟੇਜ ਦੇ ਉੱਤੇ ਹੀ, ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ੇ ਹੈ ਕਿ ਉੱਥੇ ਐਸੇ ਅਲਟਰਾ ਮਾਡਰਨ ਜਿਹੜੇ ਹੈ, ਜਿਹੜੇ ਮਤਲਬ ਈਵਨ ਜਿਹੜੇ ਡਿਜੀਟਲ ਆਪਰੇਟਡ ਜਿਹੜੇ ਡਿਸਪਲਾਈਸ ਜਿਹੜੇ ਵੈਪਨਸ ਨੇ ਉਹ ਵੀ ਉੱਥੇ ਨੇ, ਜਿਨ੍ਹਾਂ ਜਿਹੜੇ ਬੜੇ ਵੱਡੇ ਮਤਲਬ ਖਤਰਨਾਕ ਵੀ ਉਹਨਾਂ ਨੂੰ ਕਿਹਾ ਜਾ ਸਕਦਾ। ਪਰ ਉਹਦੇ 'ਚ ਗੱਲ ਮੈਂ ਗੱਲ ਉਹੀ ਕਰਨਾ ਚਾਹਾਂਗਾ ਕਿ ਕੁਝ ਐਸੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਜਿਹੜੀਆਂ ਇੱਕ ਜ਼ਿੰਮੇਵਾਰ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਅਮਰੀਕਾ ਦੀਆਂ ਹੀ, ਕਿ ਉਹਦੇ ਵਿੱਚ ਹੈ ਕਿ ਜਿਹੜੀ ਬੜੀ ਵੱਡੀ ਤਾਦਾਦ 'ਚ ਅਮਰੀਕਾ ਨੇ ਕਿਹਾ ਸੀ ਕਿ ਅਸੀਂ ਉੱਥੇ ਟ੍ਰੇਨਡ ਫੌਜ ਛੱਡ ਕੇ ਆਏ ਹਾਂ, ਉਹਦੀ ਰਿਐਲਿਟੀ ਇਹ ਨਿਕਲੀ ਵੀ ਜਿਹੜਾ ਉਹ ਤਾਂ ਫੌਜ ਤਾਂ ਉੱਥੇ ਨਾਮ ਮਾਤਰ ਹੀ ਸੀ, ਉੱਥੇ ਜਿਹੜਾ ਉਹ ਸਾਰਾ ਕਾਗਜ਼ੀ ਫੌਜ ਸੀ, ਐਸਾ ਨਿਕਲਿਆ ਵੀ ਉਹਦੀਆਂ ਟ੍ਰੇਨਿੰਗਸ ਵੀ ਫਰਜ਼ੀ ਹੋਈਆਂ। ਤਾਂ ਦੈਟ ਮੀਨਸ ਕਿ ਉੱਥੇ ਜਿਹੜੀ ਹੈ ਉਸ ਦੌਰਾਨ ਜਿਹੜੀ ਕਰਪਸ਼ਨ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਸੀ। ਇਹ ਡਾਕੂਮੈਂਟਰੀ ਉਹਨਾਂ ਨੇ ਐਵੀਡੈਂਸ ਦਿੱਤੇ ਆ, ਹੁਣ ਉਹਨਾਂ ਦੇ ਉੱਤੇ ਅੱਗੇ ਕੀ ਚਰਚਾ ਹੁੰਦੀ ਹੈ ਇੱਕ ਡਿਫਰੈਂਟ ਗੱਲ ਹੈ। ਤੇ ਜਦੋਂ ਅਸੀਂ ਮਾਡਰਨਾਈਜ਼ ਹਥਿਆਰਾਂ ਦੀ ਗੱਲ ਕਰਦੇ ਹਾਂ, ਉਦੋਂ ਜਦੋਂ ਸਭ ਤੋਂ ਵੱਡੀ ਉੱਥੇ ਜਿਹੜੀ ਸ਼ਮੂਲੀਅਤ ਪਾਕਿਸਤਾਨ ਦੀ ਖਤਰਨਾਕ ਹੈ, ਪਾਕਿਸਤਾਨ ਤਾਲਿਬਾਨ ਦੇ ਵਿੱਚ ਪਾਕਿਸਤਾਨ ਦੀ ਜਿਹੜੀ, ਕਿਉਂਕਿ ਜਿਹੜੇ ਹਥਿਆਰ ਉੱਥੇ ਪਏ ਨੇ, ਦੇਖੋ ਜਿਹੜੀ ਤਾਲਿਬਾਨ ਦੀ ਅੱਜ ਵੀ ਜਿਹੜੀ ਗਿਣਤੀ ਹੈ ਉਹ 8,585 ਤੋਂ ਕੋਈ ਬਹੁਤੀ ਉੱਪਰ ਨਹੀਂ ਹੈ, ਕਿਉਂਕਿ ਤਾਲਿਬਾਨ ਇੱਕ ਐਡੀ ਵੱਡੀ ਫੋਰਸ ਨਹੀਂ ਹੈਗੀ। ਤਾਲਿਬਾਨ ਇੱਕ ਸਟੂਡੈਂਟ ਮੂਵਮੈਂਟ ਸੀ, ਤਾਲਿਬਾਨ ਦਾ ਅਰਥ ਹੀ ਪਸ਼ਤੋ 'ਚ ਸਟੂਡੈਂਟ ਹੈਗਾ ਬੇਸਿਕਲੀ। ਔਰ ਜਿਹੜੀ ਤਾਲਿਬਾਨ ਜਿਹੜੀ ਮੂਵਮੈਂਟ ਹੈਗੀ ਹੈ ਇਹਦੇ ਵਿੱਚ ਜਿਹੜੇ 8,500 ਲੋਕ ਜਿਹੜੇ ਹੈਗੇ ਆ ਉਹ ਵੀ ਇੰਨੇ ਹਾਈਲੀ ਟ੍ਰੇਨਡ ਨਹੀਂ ਹੈਗੇ ਉਹਨਾਂ ਉਹਨਾਂ ਹਥਿਆਰਾਂ ਨੂੰ ਯੂਜ਼ ਕਰਨ ਲਈ, ਪਰ ਉਹ ਕਿਉਂਕਿ ਪਾਕਿਸਤਾਨ ਔਰ ਅਮਰੀਕਾ ਦਾ ਜਿਹੜੀ ਅਮਰੀਕਨ ਏਡ ਸੀ ਅਮਰੀਕਾ, ਕਿਉਂਕਿ ਪਾਕਿਸਤਾਨ ਕੋਲ ਵੀ ਇਸ ਕਿਸਮ ਦੇ ਹਥਿਆਰ ਰਹੇ ਨੇ, ਔਰ ਪਾਕਿਸਤਾਨ ਕੋਲ ਵੈਸੇ ਵੈਲ ਟ੍ਰੇਨਡ ਲੋਕ ਹੈਗੇ ਆ ਜਿਹੜੇ ਅੱਗੇ ਟ੍ਰੇਨਡ ਕਰ ਸਕਦੇ ਆ, ਪਾਕਿਸਤਾਨ ਵੀ ਆ ਕੇ ਉਹਨਾਂ ਹਥਿਆਰਾਂ ਦਾ ਇਸਤੇਮਾਲ ਉੱਥੇ ਕਰ ਸਕਦਾ। ਸੋ ਇਹ 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 ਔਰ ਇਹ ਜਿਹੜੀ ਗੱਲ ਹੈ ਇਹ ਇਕੱਲੀ ਅਮਰੀਕਾ ਲਈ ਤਾਂ ਖੈਰ ਚਿੰਤਾ ਦਾ ਵਿਸ਼ੇ ਹੈ, ਕਿਉਂਕਿ ਅਮਰੀਕਾ ਦੀ ਸੋਚ ਹੁੰਦੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਬਹਾਲ ਰਵੇ, ਲੋਕ ਜੀਵਨ ਅੱਛਾ ਜੀਣ, ਇਸ ਤਰ੍ਹਾਂ ਇੱਕ ਮਾਡਰੇਟ ਇੱਕ ਖੁੱਲੇ ਵਿਚਾਰਾਂ ਵਾਲੀ ਕੰਟਰੀ ਦੀ ਗੱਲ ਕਰ। ਕਈ ਵਾਰੀ ਕਈ ਕਈ ਐਸੀਆਂ ਟਿੱਪਣੀਆਂ ਹੁੰਦੀਆਂ ਅਮਰੀਕਾ ਉੱਪਰ ਵੀ ਹੁੰਦੀਆਂ, ਪਰ ਜਿਹੜਾ ਓਵਰਆਲ ਇੱਕ ਦਿਖਦਾ ਕਿ ਅਮਰੀਕਨ ਦਾ ਜਿਹੜਾ ਅਮਰੀਕਨ ਸੈਟਅਪ ਜਿਹੜਾ ਦਿਖਦਾ ਡੈਮੋਕ੍ਰੇਸੀ ਦਾ, ਉਹ ਇੱਕ ਮਾਡਲ ਡੈਮੋਕ੍ਰੇਸੀ ਦੇ ਤੌਰ ਤੇ ਦੁਨੀਆ 'ਚ ਦੇਖਿਆ ਜਾਂਦਾ, ਜਿੱਦਾਂ ਇੰਡੀਆ ਦੀ ਵੱਡੀ ਡੈਮੋਕ੍ਰੇਸੀ ਵੀ ਦੇਖੀ ਜਾਂਦੀ ਹੈ। ਸੋ ਇਹਦਾ ਸਭ ਤੋਂ ਵੱਡਾ ਖਤਰਾ ਮੈਂ ਫਿਰ ਉਹੀ ਤੁਹਾਨੂੰ ਕਹੂੰਗਾ ਕਿ ਇੰਡੀਆ ਲਈ ਬਹੁਤ ਵੱਡਾ ਖਤਰਾ ਹੈ, ਇੰਡੀਆ ਦੇ ਜਿਹੜੇ, ਕਿਉਂਕਿ ਇੰਡੀਆ ਚਾਰੋ ਪਾਸੇ ਘਿਰਿਆ, ਚਾਈਨਾ ਦੇ ਸੰਬੰਧ ਵੀ ਉਹਨਾਂ ਨਾਲ ਅੱਛੇ ਹੈ, ਚਾਈਨਾ ਨਾਲ ਸਾਡਾ ਇੱਕ ਵੱਡਾ ਬਾਰਡਰ ਲੱਗਦਾ, ਪਾਕਿਸਤਾਨ ਨਾਲ ਤਾਂ ਬਹੁਤ ਵੱਡਾ ਲੱਗਦਾ। ਅਗਰ ਉਹ ਹਥਿਆਰ ਪਾਕਿਸਤਾਨ ਦੇ ਟ੍ਰੇਨ ਲੋਕਾਂ ਦੇ ਜ਼ਰੀਏ ਹੁੰਦੇ ਤਾਂ ਸਾਡੇ ਲਈ ਇੰਡੀਆ ਲਈ ਇੱਕ ਬਹੁਤ ਵੱਡਾ ਖਤਰਾ ਹੈ, ਔਰ ਇਹ ਜਿਹੜਾ ਮੈਨੂੰ ਲੱਗਦਾ ਕਿ ਕਿਤੇ ਕਿਤੇ ਇੰਡੀਅਨ ਡਿਪਲੋਮੈਸੀ ਦਾ ਹੁਣ ਬਹੁਤ ਵੱਡਾ ਇਮਤਿਹਾਨ ਆ ਗਿਆ, ਕਿਉਂਕਿ ਅਸੀਂ ਓਵਰਆਲ ਜਦੋਂ ਦੇਖਦੇ ਹਾਂ ਕਿ ਅਮਰੀਕਾ ਦਾ ਤਾਂ ਚਲੋ ਉੱਥੋਂ ਛੱਡਣ ਦੇ ਨਾਲ ਅਮਰੀਕਨ ਅਮਰੀਕਾ ਦੇ ਜਿਹੜੇ
ਪਹਿਲੇ ਰਾਸ਼ਟਰਪਤੀ ਸੀ ਮਿਸਟਰ ਟਰੰਪ, ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਕਹਿਤਾ ਕਿ ਅਸੀਂ ਫੋਰਸਿਸ ਵਾਪਸ ਲਿਆਵਾਂਗੇ। ਉਹਨਾਂ ਦੀਆਂ ਤਾਂ ਨੈਸ਼ਨਲ ਮਜਬੂਰੀਆਂ ਹੋ ਸਕਦੀਆਂ, ਫੋਰਸਿਸ ਬਹੁਤ ਲੰਬੀ ਦੇਰ ਨਹੀਂ ਰਹਿ ਸਕਦੀਆਂ। ਪਰ ਮੈਨੂੰ ਲੱਗਦਾ ਕਿ ਕਿਤੇ ਕਿਤੇ ਅਸੀਂ ਜਿੰਨੀ ਸਿਆਣਪ ਆਪਣੇ ਬੰਦੇ ਉੱਥੋਂ ਕੱਢਣ 'ਚ ਪਹਿਲਾਂ ਸਮੈਲ ਕਰ ਗਏ ਕਿ ਸਾਨੂੰ ਕੱਢ ਲੈਣੇ ਚਾਹੀਦੇ ਆ। ਪਰ ਅਸੀਂ ਜਿਹੜੀ ਸਾਡੀ ਡਿਪਲੋਮੈਸੀ ਅਗਰ ਅਸੀਂ ਗੱਲ ਕਰੀਏ ਅਫਗਾਨਿਸਤਾਨ ਦੇ ਉੱਪਰ, ਕਿ ਯਕਦਮ ਅਮਰੀਕਾ ਚਲੇ ਜਾਏਗਾ ਔਰ ਗਨੀ ਭੱਜ ਜਾਏਗਾ, ਇਹਨਾਂ ਚੀਜ਼ਾਂ ਨੂੰ ਇੰਡੀਆ ਵੀ ਕਿਉਂ ਨਹੀਂ ਸਮੈਲ ਕਰ ਪਾਇਆ, ਇਹ ਇੱਕ ਬੜੀ ਵੱਡੀ ਜਿਹੜਾ ਸਵਾਲ ਹੈ। ਰਾਈਟ, ਇਹ 15 ਦਿਨਾਂ ਤੋਂ ਉੱਪਰ ਦਾ 20 ਦਿਨਾਂ ਦੀ ਉੱਪਰ ਦੀ ਗੱਲ ਹੋ ਗਈ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਚਲੇ ਗਈ ਹੈ ਉਹ। ਉਸ ਤੋਂ ਬਾਅਦ ਸਿਚੁਏਸ਼ਨ ਕਦੇ ਇੱਧਰ ਨੂੰ ਜਾਂਦੀ ਸੀ, ਕਦੇ ਇੱਧਰ ਨੂੰ ਜਾਂਦੀ ਸੀ, ਪਰ ਪਿਛਲੇ 3-4 ਦਿਨਾਂ ਤੋਂ ਮੈਂ ਵਾਚ ਕਰ ਰਿਹਾ ਸੀਗਾ, ਖਾਸ ਕਰਕੇ ਜਿਹੜੀਆਂ ਪੰਚਸ਼ੀਰ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਆ। ਖਾਸ ਕਰਕੇ ਹੁਣ ਮੈਂ ਜਿਹੜਾ ਸੈਕਿੰਡ ਕੁਐਸਚਨ ਰਕੇਸ਼ ਜੀ ਤੁਹਾਨੂੰ ਪੁੱਛਣ ਜਾ ਰਿਹਾ, ਉਹ ਇਹ ਹੈ ਕਿ ਇੱਕ ਟਾਈਮ ਪਹਿਲਾਂ ਪਾਕਿਸਤਾਨ ਤਾਲਿਬਾਨ ਦਾ ਇੱਕ ਯੂਨਿਟ ਪਾਕਿਸਤਾਨ ਨਾਲ ਜੁੜਿਆ ਹੋਇਆ ਸੀ, TTP, ਤਹਿਰੀਕੇ ਤਾਲਿਬਾਨ ਆਫ ਪਾਕਿਸਤਾਨ। ਤੁਹਾਨੂੰ ਲੱਗਦਾ ਕਿ ਉਹ ਸਟਿਲ ਹੈਗਾ, ਜਾਂ ਨਾ ਵੀ ਹੋਇਆ ਤਾਂ ਹੁਣ ਜਿਸ ਹਿਸਾਬ ਨਾਲ ਪਾਕਿਸਤਾਨ ਇਨਵੋਲਵਮੈਂਟ ਕਰ ਰਿਹਾ, ਉਹ ਆਪਦਾ ਇੱਕ ਗਰੁੱਪ ਵਿੱਚ ਵਾੜੂਗਾ ਅਤੇ ਖੜ੍ਹਾ ਕਰੂਗਾ ਤਾਂ ਕਿ ਉੱਧਰ ਵੀ ਚੌਧਰ ਪੂਰੀ ਰਹੇ ਅਤੇ ਇੱਧਰ ਡਰਾਵਾ ਇੰਡੀਆ ਵੱਲ ਨੂੰ ਵੀ ਪੂਰਾ ਰਹੇ, ਤਾਂ ਇੱਦਾਂ ਦਾ ਕੰਮ ਦੁਬਾਰਾ ਮੇਰੇ ਖਿਆਲ ਤਾਂ ਕਰੂਗਾ। ਤੁਸੀਂ ਦੱਸੋ ਵੀ ਤੁਹਾਨੂੰ ਕੀ ਲੱਗਦਾ? ਦੇਖੋ ਗੁਰਲਾਲ, ਪਾਕਿਸਤਾਨ ਦੀ ਜਿਹੜੀ ਸੰਸਕ੍ਰਿਤੀ ਸਾਹਮਣੇ ਆਈ ਹੈ ਨਾ, ਅਸੀਂ ਦੋ ਗੱਲਾਂ ਕਰਦੇ ਹਾਂ। ਅਸੀਂ ਭਾਰਤ ਤੇ ਪਾਕਿਸਤਾਨ ਦੋ ਐਸੇ ਮੁਲਕ ਆ ਜਿਹੜੇ ਇੱਕ ਮੁਲਕ ਚੋਂ ਦੋ ਬਣੇ, ਇੱਕ ਚੋਂ ਬਣੇ। ਵੱਡੀ ਪ੍ਰੋਬਲਮ ਤੇ ਹੈ ਨਾ, ਉਹਨਾਂ ਨੂੰ ਆਪਣਾ ਪਤਾ ਆਪਣਾ ਪਤਾ। ਉਹਨਾਂ ਮੁਲਕਾਂ ਦੇ ਜਿਹੜੇ ਫਰੀਡਮ ਸਟਰਗਲ ਦੇ ਹੀਰੋਜ਼ ਨੇ ਉਹ ਸੇਮ ਨੇ। ਉਹ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰੀਏ, ਊਧਮ ਸਿੰਘ ਜੀ ਦੀ ਗੱਲ ਕਰੀਏ, ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰੀਏ, ਨੇਤਾ ਜੀ ਸੁਭਾਸ਼ ਬੋਸ ਦੀ ਗੱਲ ਕਰੀਏ ਜੀ, ਉਹਦੇ ਬਾਵਜੂਦ ਜਿਹੜਾ ਜਿਹੜਾ ਪਾਕਿਸਤਾਨ ਨੇ ਜਿਹੜਾ ਆਪਣਾ ਢਾਂਚਾ ਖੜਾ ਕੀਤਾ, ਉਹਨਾਂ ਨੇ ਇਹਨਾਂ ਹੀਰੋਜ਼ ਦੀ ਜਾਏ ਅਰਾਬਿਕ ਹੀਰੋਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਆਪਣੇ। ਜਦਕਿ ਬੇਸਿਕਲੀ ਜਿਹੜਾ ਪਾਕਿਸਤਾਨ ਵੈਸੇ ਇਸਲਾਮਿਕ ਕੰਟਰੀ ਨਹੀਂ ਹੈਗੀ ਸੀ, ਜਿਸ ਤਰ੍ਹਾਂ ਦੀਆਂ ਇਸਲਾਮਿਕ ਕੰਟਰੀਜ਼ ਹੁੰਦੀਆਂ, ਕਿਉਂਕਿ ਇਸ ਖਿੱਤੇ ਦੀਆਂ ਜਿਹੜੀਆਂ ਇਸਲਾਮਿਕ ਕੰਟਰੀਜ਼ ਨੇ ਦੇ ਵਰ ਕਨਵਰਟਡ, ਉਹ ਕਨਵਰਟ ਉਹਨਾਂ ਦਾ ਮੂਲ ਉਹ ਨਹੀਂ ਹੈਗਾ। ਬਟ ਪਾਕਿਸਤਾਨ ਨੇ ਜਿਹੜੀ ਪਿਛਲੇ 25-30-40 ਸਾਲਾਂ ਦੀ ਜਿਹੜੀ ਉਹਨਾਂ ਦੀ ਇਮੇਜ ਹੈ, ਦੇਖੋ ਪਹਿਲਾਂ ਪਾਕਿਸਤਾਨ ਅਮਰੀਕਾ ਨੂੰ ਬੇਵਕੂਫ ਬਣਾਉਂਦਾ ਰਿਹਾ, ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨੂੰ ਬਣੇ ਹੋਏ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੂਤ ਜੀ। ਰਕੇਸ਼ ਜੀ, ਤੁਸੀਂ ਉੱਥੋਂ ਕੰਟੀਨਿਊ ਕਰੋ ਜਿੱਥੋਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਆਪਦੇ ਫਰੀਡਮ ਫਾਈਟਰ ਮੋਹਰੇ ਲਿਆਉਣੇ ਸ਼ੁਰੂ ਕਰਤੇ। ਹਾਂਜੀ, ਮੈਂ ਗੱਲ ਇਹ ਕਰ ਰਿਹਾ ਸੀ ਕਿ ਜਿਹੜੀ ਪਿਛਲੇ 25-30-40 ਸਾਲ ਦਾ ਜਿਹੜਾ ਇਤਿਹਾਸ ਹੈ ਉਹਦੇ 'ਚ ਸ਼ੁਰੂਆਤੀ ਦੌਰ ਤਾਂ ਦੋਨਾਂ ਮੁਲਕਾਂ ਦਾ ਐਸਾ ਸੀ ਵੀ ਚਲੋ ਆਪਾਂ ਆਪਣੇ ਮੁਲਕ ਨੂੰ ਬਣਾਉਣਾ, ਔਰ ਪਹਿਲਾਂ ਲੰਬਾ ਸਮਾਂ ਜਿਹੜਾ ਜਿੰਨੀ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਕੀਤੀ, ਔਰ ਪਰ ਜੋ ਹਾਲਾਤ ਰਹੇ ਉਹਨਾਂ ਅਮਰੀਕਾ ਨਾਲ ਵੀ ਇੱਕ ਤਰ੍ਹਾਂ ਦਾ ਚੀਟ ਕੀਤਾ, ਅਮਰੀਕਾ ਨੂੰ ਵੀ ਉਹ ਹਨੇਰੇ 'ਚ ਰੱਖਦਾ ਰਿਹਾ ਇੰਨਾ ਕੁਝ ਮਦਦ ਲੈਣ ਦੇ ਬਾਵਜੂਦ। ਸੋ ਅੱਜ ਵੀ ਪਾਕਿਸਤਾਨ ਦੀ ਸਥਿਤੀ ਇਹ ਹੈ ਕਿ ਪਾਕਿਸਤਾਨ ਜਿਹੜਾ ਆਰਥਿਕ ਰੂਪ ਦੇ ਵਿੱਚ ਬਿਲਕੁਲ ਚਰਬਰਾ ਚੁੱਕਾ ਹੋਇਆ, ਉਹਦਾ ਬਿਨਾਂ ਮਦਦ ਦੇ ਚੱਲਣਾ ਸੰਭਵ ਨਹੀਂ ਹੈਗਾ। ਇਸ ਵੇਲੇ ਉਹ ਆਪਣੀ ਉਸ ਗੱਲ ਨੂੰ ਜਿਹੜੀ ਉਹਦੇ ਕੋਲ ਇੱਕ ਸਟ੍ਰੈਟਜੀਕਲ ਜਿਹੜੀ ਉਹਦੀ ਪੋਜੀਸ਼ਨ ਹੈਗੀ ਹੈ ਇਸ ਖਿੱਤੇ ਦੇ ਵਿੱਚ, ਔਰ ਇੰਡੀਆ ਦੇ ਜਿਹੜੇ ਜਿਹੜੀ ਚਾਈਨਾ ਦੀ ਨੀਅਤ ਜਿਹੜੀ ਹੈਗੀ ਹੈ, ਜਿਹੜੇ ਇਸ ਕਿਸਮ ਦੇ ਇਸ ਖਿੱਤੇ 'ਚ ਉਹਦੇ ਰਿਲੇਸ਼ਨਸ ਹੈਗੇ ਆ ਜਿਹੜੇ ਏਸ਼ੀਆ ਦੇ ਵਿੱਚ, ਭਾਵੇਂ ਜਿਹੜੀ ਡੋਮੀਨੈਂਸੀ ਚਾਹੁੰਦਾ ਜਿਹੜਾ ਚਾਈਨਾ ਜਿਹੜਾ ਹੈਗਾ, ਉਹਨੂੰ ਉਹਨੂੰ ਉਸ ਚੀਜ਼ ਨੂੰ ਐਕਸਪਲੋਇਟ ਕਰਨ ਲਈ ਪਾਕਿਸਤਾਨ ਲਗਾਤਾਰ ਚਾਈਨਾ ਤੋਂ ਮਦਦ ਲੈ ਰਿਹਾ, ਚਾਈਨਾ ਨੂੰ ਆਪਣੇ ਖਿੱਤੇ 'ਚੋਂ ਲੰਘਣ ਦਾ ਰਸਤਾ ਦੇ ਰਿਹਾ। ਜਿਹੜਾ ਸਿਲਕ ਰੂਟ ਦੀ ਆਪਾਂ ਗੱਲ ਕਰਦੇ ਹੈਗੇ, ਜਿਹੜਾ ਹੁਣ ਅਫਗਾਨਿਸਤਾਨ ਦੇ ਉੱਤੇ ਆਉਣ ਤੋਂ ਬਾਅਦ ਤਾਂ ਲਗਭਗ ਉਹ ਤੈਅ ਵਾ ਕਿ ਹੁਣ ਉਹਨਾਂ ਨੇ ਉਹ ਕਰ ਲੈਣਾ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਜਿਸ ਤਰ੍ਹਾਂ ਦੇਖੋ ਹਾਲੇ ਵੀ ਅਫਗਾਨਿਸਤਾਨ ਦੇ ਵਿੱਚ ਤਾਂਬੇ ਦਾ ਬਹੁਤ ਵੱਡਾ ਭੰਡਾਰ ਹੈ, ਲੀਥੀਅਮ ਦਾ ਬਹੁਤ ਵੱਡਾ ਭੰਡਾਰ ਹੈ, ਅੱਗੇ ਜਿਹੜੀ ਹੈ ਜਿਹੜੀ ਐਨਰਜੀ ਦਾ ਜਿਹੜੀ ਇੱਕ ਸਮੇਂ ਜਿਹੜੀ ਹੈ ਪੈਟਰੋ ਐਨਰਜੀ ਸੀ, ਹੁਣ ਇਸ ਵੇਲੇ ਅਗਲਾ ਜਿਹੜਾ ਦੌਰ ਆ ਲੀਥੀਅਮ ਐਨਰਜੀ ਦਾ। ਚਾਈਨਾ ਨੇ ਬਹੁਤ ਵੱਡਾ ਜਿਹੜਾ ਯੁਗਾਂਡਾ ਦੇ ਵਿੱਚ ਲੀਥੀਅਮ ਦਾ ਭੰਡਾਰ ਖਰੀਦ ਕੇ ਡੋਮੀਨੈਂਸੀ ਬਣਾ ਰਹੀ ਹੈ, ਹੁਣ ਇਹ ਭੰਡਾਰ ਇੱਥੇ ਵੀ ਪਏ ਆ, ਲੀਥੀਅਮ ਔਰ ਤਾਂਬੇ ਦੇ ਵੱਡੇ ਭੰਡਾਰ ਹਲੇ ਵੀ ਅਫਗਾਨਿਸਤਾਨ 'ਚ ਪਏ, ਔਰ ਚਾਈਨਾ ਦੀ ਕੋਸ਼ਿਸ਼ ਹੋਏਗੀ ਕਿ ਥਰੂ ਪਾਕਿਸਤਾਨ ਉਹਨੂੰ ਜਿਹੜਾ ਉਹ ਤੋਂ ਕੈਪਚਰ ਕਰ ਲਵੇ। ਸੋ ਹਾਂ, ਇਸ ਕਰਕੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਪਾਕਿਸਤਾਨ ਉਹ ਤਹਿਰੀਕੇ ਤਾਲਿਬਾਨ ਜਿਹੜਾ ਪ੍ਰੋ ਪਾਕਿਸਤਾਨ ਤਾਲਿਬਾਨ ਗਰੁੱਪ ਸੀ ਉਹ ਕੰਮ ਕਰੇਗਾ ਜਾਂ ਨਹੀਂ ਕਰੇਗਾ, ਦੇਖੋ ਤਹਿਰੀਕੇ ਤਾਲਿਬਾਨ ਦੇ ਰੂਪ 'ਚੋਂ ਕੰਮ ਕਰੇ ਜਾਂ ਨਾ ਕਰੇ, ਜਿਸ ਵੇਲੇ ਹਕਾਨੀ ਦੀ ਜਿਹੜੀ IS ਦਾ ਜਿਹੜਾ ਆਦਮੀ ਗ੍ਰਹਿ ਮੰਤਰੀ ਦੇ ਰੂਪ ਦੇ ਵਿੱਚ ਉੱਥੇ ਆ ਜਾਂਦਾ ਹੈ, ਤਾਂ ਉੱਥੋਂ ਇਹ ਸਾਫ਼ ਹੁੰਦਾ ਹੈ ਕਿ ਪਾਕਿਸਤਾਨ ਦੀ ਇੰਟਰਵਿਊ ਜਿਹੜੀ ਪਿੰਸ਼ਨ ਹੈ ਇੰਟਰਫੇਰੈਂਸ ਹੈਗੀ ਹੈ ਉਹ ਪੂਰੀ ਤਰ੍ਹਾਂ ਤਾਲਿਬਾਨ ਗੌਰਮੈਂਟ ਬਣਾਉਣ ਦੇ ਵਿੱਚ ਹੈਗੀ ਹੈ, ਔਰ ਜਿਹੜੀ ਵਰਲਡ ਡਿਪਲੋਮੈਸੀ ਹੈ ਜਿਹੜੇ ਇੰਡੀਆ ਵਾ ਅਮਰੀਕਾ ਵਾ ਹੋਰ ਜਿਹੜੇ ਦੇਸ਼ ਹੈ
ਥੱਲੇ ਉਹ ਉਸ ਸਥਿਤੀ 'ਚ ਨਹੀਂ ਹੈਗੇ ਕਿ ਉਹ ਸਰਕਾਰ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਸੀ ਪ੍ਰੋਜੈਕਟਸ ਕਿੱਦਾਂ ਕੰਟੀਨਿਊ ਹੋਣਗੇ, ਪ੍ਰੋਜੈਕਟਸ ਤਾਂ ਹੀ ਕੰਟੀਨਿਊ ਹੋਣਗੇ ਉੱਥੇ ਜਿਹੜੇ ਦੇਸ਼ ਅਫਗਾਨਿਸਤਾਨ ਦੀ ਮਦਦ ਕਰ ਰਹੇ ਸੀ, ਗਾਂ ਕਰਨਾ ਚਾਹੁੰਦੇ, ਅਮਰੀਕਾ ਕਰ ਰਿਹਾ, ਇੰਡੀਆ ਕਰਨਾ ਚਾਹ ਰਿਹਾ, ਤਾਂ ਫਿਰ ਉੱਥੇ ਦੀ ਗਵਰਨਮੈਂਟਸ ਦੇ ਵਿੱਚ ਜਿਹੜੀਆਂ ਰਿਪ੍ਰੈਜੈਂਟੇਸ਼ਨਸ ਆ, ਜਿੱਦਾਂ ਹਾਮਿਦ ਕਰਜ਼ਈ ਜਿਹੜੇ ਆ ਉਹ ਇਸ ਸ਼ੁਰੂਆਤੀ ਮੀਟਿੰਗਸ ਦੇ ਦੌਰ ਦੇ ਵਿੱਚ ਬਿਠਾਏ ਗਏ ਸੀ, ਜਿਹੜੇ ਰਾਸ਼ਟਰਪਤੀ ਰਹੇ, ਜਿਹੜੇ ਪ੍ਰੋ ਇੰਡੀਆ ਪ੍ਰੋ ਅਮਰੀਕਾ ਕਹੇ ਜਾਂਦੇ ਸੀ, ਮਤਲਬ ਬਟ ਉਹਨਾਂ ਨੇ ਇੱਕ ਡੈਮੋਕ੍ਰੇਸੀ ਦੇ ਤੌਰ ਜਿਹੜੇ ਪਹਿਲੇ ਰਾਸ਼ਟਰਪਤੀ ਉਸ ਵੇਲੇ ਬਣੇ ਸੀ, ਤਾਂ ਉਹਦੇ ਵਿੱਚ ਵੀ ਆਪਾਂ ਜਦੋਂ ਲੈਂਦੇ ਹਾਂ ਉਹ ਕਿਤੇ ਵੀ ਦਿਖ ਨਹੀਂ ਰਹੇ। ਤਾਂ ਜਿੰਨੀ ਦੇਰ ਜਿਹੜੇ ਅਫਗਾਨਿਸਤਾਨ ਦੀ ਮੁਲਕ ਮਦਦ ਕਰਨਾ ਚਾਹੁੰਦੇ, ਉੱਥੇ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ, ਉਹਨਾਂ ਦਾ ਸਿਧਾਂਤਕ ਤੌਰ 'ਤੇ ਤਾਂ ਉਹ ਰਹਿ ਸਕਦਾ ਕਿ ਅਸੀਂ ਹਰ ਤਰੀਕੇ ਨਾਲ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਾਂਗੇ, ਉਹ ਤਾਂ ਬਹੁਤ ਆਖਰੀ ਸੀਨ ਹੁੰਦਾ। ਅਮਰੀਕਾ ਨੂੰ ਫਿਰ ਉਦੋਂ ਉਤਰਨਾ ਪਏਗਾ ਉੱਥੇ, ਜਾਂ ਇੰਡੀਆ ਨੂੰ ਫੌਜ ਦੇ ਰੂਪ 'ਚ ਉਤਰਨਾ ਪਏਗਾ ਜਦੋਂ ਤਾਲਿਬਾਨ ਬਿਲਕੁਲ ਫਿਰ ਮੁੱਕਰ ਜਾਣਗੇ। ਬਟ ਅੱਜ ਪਹਿਲੀ ਸੀਗੀ ਕਿ ਗਵਰਨਮੈਂਟ ਦੇ ਅੰਦਰ ਉਹ ਆਪਣੇ ਗਰੁੱਪਸ ਦੀ ਰਿਪ੍ਰੈਜੈਂਟੇਸ਼ਨ ਦਵਾ ਸਕਦੇ ਆ, ਜਿਹੜੇ ਇਸ ਗੱਲ ਦੀ ਗਰੰਟੀ ਲਗਾਤਾਰ ਬਣਾਈ ਰੱਖਣ ਕਿ ਅਫਗਾਨਿਸਤਾਨ ਨੂੰ ਅੱਛੀ ਡੈਮੋਕ੍ਰੇਸੀ ਬਣਾਇਆ ਜਾਏਗਾ। ਪਰ ਮੈਂ ਫਿਰ ਇਹ ਕਹਿਣਾ ਚਾਹੂੰਗਾ ਕਿ ਅਫਗਾਨਿਸਤਾਨ ਦੇ ਨਾਂ ਤੋਂ ਦੱਸ ਪਤਾ ਇਹ ਲੱਗਦਾ ਕਿ ਉਹ ਜਿਹੜੀ ਐਮੀਰੇਟਸ ਵਰਗੀ ਡੈਮੋਕ੍ਰੇਸੀ ਹੈ, ਕਿ ਜਿਹੜੀ ਸੁਪਰ ਕਿੰਗਸ ਜਿਹੜੇ ਹੈ ਉਹ ਤਾਲਿਬਾਨੀ ਹੋਣਗੇ, ਮਰਜ਼ੀ ਉਹਨਾਂ ਦੀ ਚੱਲੇਗੀ। ਸੋ ਮੈਨੂੰ ਨਹੀਂ ਲੱਗਦਾ ਵੀ ਉਹ ਏਡਾ ਆਸਾਨ ਰਕੇਸ਼ ਜੀ, ਖਦਸ਼ੇ ਹੋਰ ਵੀ ਨੇ, ਜਿਹੜਾ ISIS ਖੁਰਾਸਾਨ ਹੈ ਉਹ ਵੀ ਪੈਰ ਪਸਾਰ ਰਿਹਾ ਕਿਤੇ ਨਾ ਕਿਤੇ, ਉਹਨਾਂ ਦੀ ਆਪਸ ਵਿੱਚ ਵੀ ਥੋੜ੍ਹੀ ਖਾਨਾ ਜੰਗੀ ਹੈਗੀ ਹੈ। ਰਕੇਸ਼ ਜੀ, ਅਖੀਰਲੇ 5 ਮਿੰਟ ਹੈਗੇ, ਤੁਸੀਂ ਮੈਨੂੰ ਕੰਕਲੂਡ ਕਰੋ ਕਿ ਦੋ ਚੀਜ਼ਾਂ ਹੈ, ਇੱਕ ਆਪਾਂ ਕਲੀਅਰੀਫਿਕੇਸ਼ਨ ਤੁਹਾਡੇ ਤੋਂ ਵੀ ਲੈ ਲਈ, ਆਪਾਂ ਗੱਲ ਕਰ ਲਈ ਕਿ ਉਹਨਾਂ ਦੇ ਹੱਥ ਹਥਿਆਰ ਆਏ ਆ, ਉਹਨਾਂ ਨੁਕਸਾਨ ਹੋ ਸਕਦਾ, ਪਾਕਿਸਤਾਨ ਦੀ ਇਨਵਾਲਵਮੈਂਟ ਬਹੁਤ ਜ਼ਿਆਦਾ, ਉਹਨਾਂ ਨੁਕਸਾਨ ਹੋ ਸਕਦਾ, ਇੱਕ ਜਿਹੜੀ ਅਫਗਾਨਿਸਤਾਨ ਦੀ ਟੋਟਲ GDP ਦੇ 6 ਤੋਂ 11% ਆ, ਉਹ ਜਿਹੜੀ ਉਹ ਗਮ ਬਣਾਉਂਦੇ ਜਿਹਦੀ ਜਾ ਕੇ ਅੱਗੇ ਹੀਰੋਇਨ ਬਣਦੀ ਹੈ। ਇੱਕ ਬੰਦਾ ਹੁੰਦਾ ਕਿ ਆਪਾਂ ਸਿੱਧੇ ਨਹੀਂ ਲੜ ਸਕਦੇ ਕਿਸੇ ਕੰਟਰੀ ਨੂੰ ਕਮਜ਼ੋਰ ਕਰਨਾ, ਤਾਂ ਉਹਨਾਂ ਦਾ ਜਿਹੜਾ ਯੂਥ ਹੈ ਉਹ ਨਸ਼ੇ 'ਤੇ ਲਾ ਦਿਉ, ਕੀ ਇੱਦਾਂ ਦਾ ਨੁਕਸਾਨ ਵੀ ਇੰਡੀਆ ਨੂੰ ਹੋ ਸਕਦਾ? ਕਿਉਂਕਿ ਤੁਸੀਂ ਆਪਣੇ ਪੰਜਾਬ 'ਚ ਦੇਖਿਆ ਹੋਣਾ ਕਦੇ ਡਰੋਨ ਦੇ ਰਾਹੀਂ, ਜਾਂ ਕਦੇ ਜੀ ਆ ਪੈਕਟ ਮਿਲੇ ਜੀ ਚਿੱਟੇ ਦੇ ਕਾਲੇ ਦੇ ਵਟਵਰ, ਜਿਹੜੇ ਕਿਸੇ ਨੇ ਨਾਂ ਦੇਣਾ, ਉਹ ਐਟਲੀਸਟ ਬਣਦਾ ਤਾਂ ਕਿਤੇ ਹੋਊਗਾ। ਔਰ ਜਿੱਤੋਂ ਹੀ ਆਪਾਂ ਭੂਗੋਲਿਕ ਏਰੀਆ ਦੇਖ ਲਈਏ ਕਿੱਥੇ ਬਣਦਾ, ਉਹ ਅਫਗਾਨਿਸਤਾਨ ਹੈ। ਕੀ ਉਹ ਇੱਦਾਂ ਦਾ ਕੁਛ ਵੀ ਕਰ ਸਕਦੇ ਆ ਪਿੱਛੇ ਰਹਿ ਕੇ ਕਿ ਚਲੋ ਯੂਥ ਨੂੰ ਇੰਡੀਆ ਦੇ ਵਿੱਚ ਨਸ਼ਾ ਧੱਕੋ ਕਿਸੇ ਨਾ ਕਿਸ ਤਰ੍ਹਾਂ, ਅਗਰ ਹੈ ਤਾਂ ਇਹਦਾ ਕੀ ਇਲਾਜ ਕੀ ਹੋ ਸਕਦਾ? ਅਤੇ ਲਾਸਟ 4-5 ਮਿੰਟ ਰਹਿ ਗਏ, ਕੀ ਕੰਟਰੀ ਦਾ ਫਿਊਚਰ ਤੁਸੀਂ ਕਿੱਥੇ ਦੇਖਦੇ ਹੋ? ਗੁਰਲਾਲ ਜੀ, ਇਹਦੇ 'ਚ ਤੁਸੀਂ ਬੜੀ ਜਿਹੜਾ ਖਦਸ਼ਾ ਤੁਸੀਂ ਵਿਅਕਤ ਕਰਦੇ ਜੀ, ਇਹ ਖਦਸ਼ਾ ਘੱਟ ਹੈ ਅਤੇ ਇਸ ਵੇਲੇ ਇਹ ਕੰਮ ਹੋ ਰਿਹਾ। ਤੁਸੀਂ ਆਪ ਹੀ ਕਿਹਾ ਕਿ ਪੰਜਾਬ ਦੇ ਵਿੱਚ ਇਸ ਚੀਜ਼ ਆਉਣਗੇ, ਪਰ ਜਦੋਂ ਇੱਕ ਇੱਕ ਗੱਲ ਅਸੀਂ ਇਹ ਸੋਚਦੇ ਹਾਂ ਕਿ ਦੇਖੋ ਇਹਦੇ 'ਤੇ ਕੰਟਰੋਵਰਸੀਜ ਵੀ ਹੈਗੀਆਂ ਨੇ ਸਾਡੀ ਕੰਟਰੀ 'ਚ ਵੀ ਇਹ ਆਉਂਦਾ ਕਿੱਦਾਂ। ਜਿਸ ਵੇਲੇ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਸਾਡੀ ਟੋਟਲ ਫੈਂਸਿੰਗ ਹੈ, ਸਾਡੀ ਬਾਰਡਰ ਤੋਂ ਉਰੇ ਜਿਹੜੀ ਟੋਟਲ ਫੈਂਸਿੰਗ ਆ, ਸਾਡੀਆਂ ਫੋਰਸਿਸ ਲੱਗੀਆਂ, ਅਗਰ ਡਰੋਨਸ ਵੀ ਆਉਂਦੇ ਆ ਤਾਂ ਆਖਰ ਤਾਂ ਉਹ ਬਾਰਡਰ ਪਾਰ ਕਰਕੇ ਜਾਂਦੇ ਆ ਨਾ, ਤਾਂ ਅਸੀਂ ਫੈਂਸਿੰਗ ਤੇ ਵੀ ਖੜੇ ਹਾਂ ਤੇ ਬਾਰਡਰ ਤੇ ਵੀ ਖੜੇ ਹਾਂ। ਸੋ ਸਾਡੇ ਵੀ ਇਸ ਕਿਸਮ ਦੀਆਂ ਕਈ ਕੰਟਰੋਵਰਸੀ ਆ ਕਿ ਆ ਕਿੱਦਾਂ ਜਾਂਦੀਆਂ। ਪਰ ਇਹ ਇੱਕ ਤਾਂ ਸੱਚੀ ਗੱਲ ਹੈ ਕਿ ਇਹ ਜਿਹੜਾ ਟ੍ਰੇਡ ਹੈ, ਇਹ ਪਹਿਲਾਂ ਵਾਇਆ ਕੈਨੇਡਾ ਜਿਹੜਾ ਹੈ, ਪਹਿਲਾਂ ਕੈਨੇਡਾ ਜਾਂਦਾ ਸੀ ਫਿਰ ਕੈਨੇਡਾ ਤੋਂ ਇੰਡੀਆ ਆਉਂਦਾ ਸੀ, ਜਿਹੜਾ ਹੈਰੋਇਨ ਦਾ ਬੜਾ ਵੱਡਾ ਪਾਕਿਸਤਾਨ ਤੋਂ ਕੈਨੇਡਾ ਫਲਾਈ ਕਰਦੇ ਸੀ ਫਿਰ ਉੱਥੋਂ ਇੱਥੇ ਪਹੁੰਚਦਾ ਸੀ। ਸੋ ਇਹ ਡਰ ਜਿਹੜਾ, ਇਹ ਡਰ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਡਰ ਹੈ ਨਹੀਂ, ਇਹ ਡਰ ਘਟਾਉਣਾ ਕਿੱਦਾਂ ਪਊਗਾ ਇਹ ਦੇਖਣਾ ਪਏਗਾ। ਉਹ ਇੱਕ ਤਰ੍ਹਾਂ ਦੀ ਉਹਨਾਂ ਦੀ ਉਹਨਾਂ ਦੀ ਇਕਨੋਮੀ ਦਾ ਜਿਹੜਾ ਤੁਸੀਂ GDP ਦਾ ਕਿਹਾ 11% ਹਿੱਸਾ, 6 ਤੋਂ 11% ਹਿੱਸਾ, ਕਿਉਂਕਿ ਹੁਣ ਉਹਨਾਂ ਕੋਲ ਹੋਰ ਕਮਾਈ ਹੈ ਨਹੀਂ, ਪ੍ਰੋਜੈਕਟਸ ਉਹਨਾਂ ਦੇ ਰੁਕੇ ਹੋਏ, ਉਹ ਕਹਿੰਦੇ ਹੁਣੇ ਵੀ ਆਪਾਂ ਇਕਨੋਮੀ ਵੀ ਗਰਮ ਕਰ ਲਈਏ ਆਪਦੀ, ਟਾਪ 'ਤੇ 4 ਪੈਸੇ ਬਣਾ ਲਈਏ, ਅਤੇ ਨਸ਼ਾ ਵੀ ਸਿੱਟੋ ਬਾਹਰ 'ਤੇ, ਤਾਂ ਕਿ ਜਿਹੜਾ ਗੁਆਂਢੀ ਆ ਉਹ ਤਾਂ ਤੰਗ ਹੋਵੇ। ਇਹ ਹੋ ਸਕਦਾ ਜਾਂ ਹੋਰ ਕੰਟਰੀ ਦਾ ਫਿਊਚਰ? 2-3 ਮਿੰਟਾਂ ਦਾ ਟਾਈਮ ਰਹਿ ਗਿਆ ਜੀ। ਇਹਦੇ 'ਚ ਦੋ ਚੀਜ਼ਾਂ ਨੇ ਕਿ ਦੇਖੋ ਜਦੋਂ 20 ਸਾਲ ਦਾ ਇੱਕ ਲੰਬਾ ਦੌਰ ਲੰਘਿਆ, ਜਦੋਂ ਅਮਰੀਕਨ ਫੋਰਸਿਸ ਉੱਥੇ ਰਹੀਆਂ ਨੇ, ਅਮਰੀਕਨ ਲੋਕ ਉੱਥੇ ਰਹੇ ਨੇ, ਇੰਡੀਅਨ ਲੋਕ ਰਹੇ ਨੇ, ਤਾਂ ਉਸ ਦੌਰ ਦੇ ਵਿੱਚ ਜਿਹੜਾ ਉੱਥੇ ਅਫਗਾਨਿਸਤਾਨ ਦੇ ਲੋਕਾਂ ਦੇ ਜੀਣ ਦਾ ਤਰੀਕਾ, ਜਿਹੜਾ ਸੱਭਿਅਤਾ ਹੈ ਉਹ ਮਾਡਰਨਾਈਜ਼ ਹੋਈ ਹੈ। ਜਿਹੜਾ ਕਾਬੁਲ ਦੇ ਵਿੱਚ ਲੇਡੀਜ਼ ਨੇ ਪ੍ਰਦਰਸ਼ਨ ਕੀਤਾ, ਵਿਰੋਧ ਪ੍ਰਦਰਸ਼ਨ ਕੀਤਾ, ਉਹ ਇੱਕ ਬੜੀ ਵੱਡੀ ਗੱਲ ਹੈ ਕਿ ਉੱਥੇ ਡੈਮੋਕ੍ਰੇਸੀ ਦਾ ਇੱਕ ਬੀਜ ਐਸਾ ਪਿਆ ਕਿ ਲੋਕ ਬੰਦੂਕਾਂ ਦੇ ਅੱਗੇ ਵੀ ਖੜੇ ਹੋਣ ਦੀ ਹੁਣ ਜ਼ਰੂਰਤ ਕਰਦੇ ਆ। ਇਹ ਆਸਵੰਦ ਜਿਹੜੀ ਗੱਲ ਹੈਗੀ, ਉਹ ਜਿਹੜਾ ਕਲਚਰ ਉੱਥੇ ਉਨੀ ਦੇਰ 'ਚ ਦਿੱਤਾ ਗਿਆ ਉਹ ਹੁਣ ਇਸ ਪਛਾਣ ਯੁੱਗ ਦੇ ਕਲਚਰ ਨਾਲ ਲੜਨ ਜੋਗਾ ਕੁਝ ਹੱਦ ਤੱਕ ਕੀਤਾ ਗਿਆ। ਸੋ ਉੱਥੇ ਤਾਲਿਬਾਨ ਦੇ ਵਿੱਚ ਵੀ ਜਿਹੜੇ ਤਾਲਿਬਾਨ ਗਰੁੱਪਸ ਵੀ ਨੇ ਉਹਨਾਂ ਵਿੱਚ ਵੀ 20 ਸਾਲ 'ਚ ਬਹੁਤ ਸਾਰੀਆਂ ਚੇਂਜਿਸ ਆਈਆਂ। ਉਹ ਕਦੀ ਕਹਿੰਦੇ ਸੀ ਇੰਟਰਨੈਟ ਯੂਜ਼ ਨਹੀਂ ਕਰਨਾ, ਟੈਲੀਵਿਜ਼ਨ ਦੇਖਣ ਨਹੀਂ ਦੇਣਾ, ਯੂਨੀਵਰਸਿਟੀ ਬਣਨ ਨਹੀਂ ਦੇਣੀਆਂ। ਅੱਜ ਉਹ ਇੱਥੇ ਟਿਕਿਆ ਕਿ ਔਰਤਾਂ ਦੀ ਸ਼ਮੂਲੀਅਤ ਨਹੀਂ ਹੈ ਪਰ ਉਹ ਯੂਜ਼ ਕਰ ਰਹੇ ਆ, ਨੈਟਵਰਕ ਯੂਜ਼ ਕਰ ਰਹੇ ਆ, ਮੋਬਾਈਲ ਯੂਜ਼ ਕਰ ਰਹੇ ਆ, ਡਿਜੀਟਲ ਟੈਕਨੋਲੋਜੀ ਯੂਜ਼ ਕਰ ਰਹੇ ਆ।
ਤਾਂ ਇਟ ਮੀਨਸ ਕਿ ਉਹਨਾਂ ਦੇ ਅੰਦਰ ਵੀ ਇੱਕ ਵੱਡਾ ਸਮੂਹ ਜਿਹੜਾ ਹੈ ਤਾਲਿਬਾਨ ਯੰਗ ਜਿਹੜੇ ਤਾਲਿਬਾਨ ਆਏ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਦੁਨੀਆ ਦੇ ਨਾਲ ਚੱਲਣ ਦਾ ਉਹਨਾਂ ਦੀ ਨੀਅਤ 'ਚ ਬੇਸ਼ੱਕ ਬਦਲਾਵ ਨਾ ਆਵੇ ਪਰ ਉਹਨਾਂ ਨੂੰ ਆਪਣੀ ਸੀਰਤ ਮੈਨੂੰ ਲੱਗਦਾ ਕਿ ਉਹ ਬਦਲਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਅਫਗਾਨਿਸਤਾਨ ਚੱਲ ਤਾਂ ਹੀ ਸਕੇਗਾ ਜੇ ਇਸ ਕਿਸਮ ਦੀਆਂ ਗੱਲਾਂ ਦੇ ਉੱਪਰ ਉਹ ਆਪਣਾ ਜਿਹੜਾ ਜਿਹੜਾ ਉਹਨਾਂ ਦਾ ਚਿਹਰਾ ਹੈ ਬੇਸ਼ੱਕ ਉਹ ਕੋਈ ਮਖੌਟਾ ਪਾਈ ਰੱਖਣ ਉਹ ਤਾਂ ਫਿਰ ਦੂਸਰਿਆਂ ਨੇ ਅਲਰਟ ਰਹਿਣਾ ਕਿ ਇਹ ਅਗਰ ਕੋਈ ਮੁਸ਼ਕਲ ਕ੍ਰੀਏਟ ਕਰਦੇ ਤਾਂ ਅਸੀਂ ਕਿਸ ਤਰ੍ਹਾਂ ਨਿਪਟਣਾ ਪਰ ਮੈਨੂੰ ਲੱਗਦਾ ਹੈ ਕਿ ਇੱਕ ਐਸਾ ਪ੍ਰੈਸ਼ਰ ਅਫਗਾਨਿਸਤਾਨ ਦੇ ਤਾਲਿਬਾਨ ਦੇ ਉੱਪਰ ਵੀ ਹੈਗਾ ਕਿ ਹੁਣ ਦੁਨੀਆ ਨਾਲ ਚੱਲ ਕੇ ਹੀ ਆਪਣਾ ਕਿਸੇ ਪਰਦੇ 'ਚ ਰਹਿ ਗਏ ਹਿਡਨ ਰਹਿ ਗਏ ਆਪਣੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਸਕਦੀਆਂ ਖੁੱਲੀ ਗੱਲ ਕਰਨ ਦਾ ਜਿਹੜਾ ਕਿਉਂਕਿ 20 ਸਾਲ 'ਚ ਉਹਨਾਂ ਨੇ ਇਹ ਦੇਖਿਆ ਕਿ ਅਮਰੀਕਾ ਨੂੰ ਆਉਂਦਿਆਂ ਬਹੁਤੀ ਦੇਰ ਨਹੀਂ ਲੱਗਦੀ ਇੰਡੀਆ ਨੂੰ ਆਉਂਦਿਆਂ ਬਹੁਤੀ ਦੇਰ ਨਹੀਂ ਲੱਗਣੀ ਜਦੋਂ ਕਿਸੇ ਨੇ ਅਫਗਾਨਿਸਤਾਨ ਨੂੰ ਜਾਣਾ ਪਰ ਉਹ ਮਾੜੀ ਗੱਲ ਕਿ ਉਸ ਵੇਲੇ ਉਹ ਮਨੁੱਖਤਾ ਹੀ ਮਰਦੀ ਹੈ ਜਦੋਂ ਯੁੱਧ ਲੱਗਦੇ ਆ ਮਨੁੱਖਤਾ ਦਾ ਹੀ ਪਤਨ ਹੁੰਦਾ ਮੈਨੂੰ ਲੱਗਦਾ ਕਿ ਪੰਜਸ਼ੀਰ ਘਾਟੀ ਦੇ ਵਿੱਚ ਜਿਹੜੇ ਰੈਜੀਡੈਂਟ ਲੜ ਰਹੇ ਆ ਇੱਕ ਜਿਹੜੀਆਂ ਮਹਿਲਾਵਾਂ ਨੇ ਕੱਲ ਉਹ ਮੈਨੂੰ ਬੜਾ ਪੋਜ਼ਿਟਿਵ ਸਾਈਨ ਲੱਗਾ ਕਿ ਜਿਹੜਾ ਮਹਿਲਾਵਾਂ ਨੇ ਖੜੇ ਹੋ ਗਿਆ ਕਿ ਸਾਨੂੰ ਪਾਕਿਸਤਾਨ ਦੀ ਸਾਨੂੰ ਬਾਹਰਲੇ ਕਿਸੇ ਦੇਸ਼ ਦੀ ਇੰਟਰਵੈਂਸ਼ਨ ਬਰਦਾਸ਼ਤ ਨਹੀਂ ਹੈਗੀ ਨਹੀਂ ਹੈਗੀ ਮੈਂ ਕਿਹਾ ਸਾਡੀ ਸਰਕਾਰ ਜਿਹੜੀ ਚੱਲੇਗੀ ਸਾਡੀ ਡੈਮੋਕ੍ਰੇਸੀ ਚੱਲੇਗੀ ਇਹ ਇੱਕ ਇੱਕ ਅੱਛੇ ਸਾਈਨ ਹੈ ਜਿਨ੍ਹਾਂ ਨੂੰ ਜਿਹੜਾ ਜਦੋਂ ਜਦੋਂ ਰੈਸਟ ਆਫ ਦੀ ਵਰਲਡ ਜਿਹੜਾ ਅਫਗਾਨਿਸਤਾਨ ਨੂੰ ਬਚਾਉਣਾ ਚਾਹੇਗਾ ਤੇ ਉਹ ਉਹਨਾਂ ਦੇ ਮਦਦਗਾਰ ਬਣ ਸਕਦੇ ਨੇ ਉਹਨਾਂ ਦੇ ਰਕੇਸ਼ ਜੀ ਅੱਜ ਨਾ ਵਕਤ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਉਹਨਾਂ ਦੇ ਜਿਹੜੇ ਡਿਫਰੈਂਟ ਗਰੁੱਪਸ ਉੱਠ ਕੇ ਆ ਰਹੇ ਤੁਸੀਂ ਵੀ ਸਟੱਡੀ ਕੀਤੀ ਹੋਣੀ ਹੈ ਖਾਸ ਕਰਕੇ ISI ਖੁਰਾਸਾਨ ਹੈ ਇੱਕ ਉਹ ਵੀ ਹੈ ਅਤੇ ਇੱਕ ਤਾਲਿਬਾਨ ਦੇ ਵਿੱਚ ਵੀ ਗਰੁੱਪਸ ਇੱਕ ਅੱਡ ਉੱਠ ਕੇ ਆ ਰਹੇ ਹੈ ਅਤੇ ਉਸ ਤੋਂ ਬਾਅਦ ਉਹਨਾਂ ਦੀ ਇਕਾਨਮੀ ਕਿੱਦਾਂ ਉੱਪਰ ਆਊਗੀ ਜਾਂ ਸਟੈਬਲਾਈਜੇਸ਼ਨ ਕਿੱਦਾਂ ਆਊਗੀ ਪੂਰੀ ਕੰਟਰੀ 'ਚ ਅੱਜ ਵਕਤ ਇਜਾਜ਼ਤ ਨਹੀਂ ਆਪਾਂ ਫਿਰ ਕਿਸੇ ਦਿਨ ਸੈਸ਼ਨ ਲਾਵਾਂਗੇ ਅੱਜ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਰਕੇਸ਼ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਦਰਸ਼ਕ ਇਸ ਨੇ ਰਕੇਸ਼ ਸ਼ਾਂਤੀਦੂਤ ਸੀਨੀਅਰ ਜਰਨਲਿਸਟ ਬਹੁਤ ਸੋਹਣਾ ਲੈਬਰੇਟ ਕੀਤਾ ਉਹਨਾਂ ਨੇ ਅਫਗਾਨਿਸਤਾਨ ਦੀ ਕਰੰਟ ਸਿਚੁਏਸ਼ਨ ਦੇ ਉੱਤੇ ਵਕਤ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ ਗੁਰਲਾਲ ਨੂੰ ਇੱਥੇ ਅੱਜ ਇਜਾਜ਼ਤ ਲੈਣੀ ਪੈ ਰਹੀ ਕਿਉਂਕਿ ਅਸੀਂ ਕਿਸੇ ਹੋਰ ਨਵੇਂ ਪ੍ਰੋਗਰਾਮ ਨਾਲ ਛੇਤੀ ਤੁਹਾਡੇ ਰੂਬਰੂ ਹੋਵਾਂਗੇ ਮੈਨੂੰ ਗੁਰਲਾਲ ਨੂੰ ਦੇ ਇਜਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ